ਦੇਸ਼ ਦੁਨੀਆਂ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਸੀਨੀਅਰ ਜਰਨਲਿਸਟ ਸਰਦਾਰ ਹਮੀਰ ਸਿੰਘ ਜੀ। ਮੈਂ ਜੀ ਆਇਆਂ ਅਕਤਾਂ ਜੀ। ਸ਼ੁਕਰੀਆ ਜੀ। ਮੌਨਸੂਨ ਸੈਸ਼ਨ ਦਾ ਆਖਰੀ ਦਿਨ ਸੀਗਾ ਔਰ ਪੰਜਾਬ ਦੇ ਵਿੱਤੀ ਪ੍ਰਬੰਧਨ ਨਾਲ ਸੰਬੰਧਿਤ ਕੈਗ ਦੀ ਰਿਪੋਰਟ ਪੇਸ਼ ਹੋਈ, ਬੜੀ ਡਰਾਉਣੀ ਹੈ। ਇਹਦੇ ਵਿੱਚ ਜਿਹੜੇ ਅੰਕੜੇ ਪ੍ਰਸਤੁਤ ਹੋਏ ਆ, ਮੈਂ ਤੁਹਾਡੇ ਨਾਲ ਇੱਕ ਵਾਰੀ ਸਾਂਝੇ ਕਰਾਂ। ਇਹ ਅੰਕੜੇ ਕਹਿੰਦੇ ਨੇ ਕਿ 2022-23 ਦੇ ਵਿੱਚ 26,045 ਕਰੋੜ ਦਾ ਰੈਵਨਿਊ ਘਾਟਾ, ਮਤਲਬ ਜਿਹੜੀ ਸਾਡੀ ਆਮਦਨ ਹੈ ਤੇ ਖਰਚ ਹੈ ਉਹਦੇ ਵਿਚਲਾ ਜਿਹੜਾ ਫਰਕ ਹੈ ਉਹ ਇੱਥੋਂ ਤੱਕ 26,045 ਕਰੋੜ ਤੱਕ ਪਹੁੰਚ ਗਿਆ, ਜੋ ਕਿ ਸਾਲ 18-19 'ਚ 13,135 ਕਰੋੜ ਸੀਗਾ। ਹੁਣ ਕੈਗ ਕਹਿੰਦਾ ਹੈ ਕਿ ਸਰਕਾਰ ਦੇ ਖਰਚੇ ਰਸੀਦਾਂ ਨਾਲੋਂ ਬਹੁਤ ਤੇਜ਼ੀ ਨਾਲ ਵੱਧ ਰਹੇ, ਮਤਲਬ ਆਮਦਨ ਨਾਲੋਂ ਬਹੁਤ ਤੇਜ਼ੀ ਨਾਲ ਵੱਧ ਰਹੇ ਆ, ਔਰ ਮੁੱਖ ਤੌਰ ਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਮੁਫ਼ਤ ਸਹੂਲਤਾਂ ਜਿਵੇਂ ਮੁਫ਼ਤ ਬਿਜਲੀ ਇਹਦੇ ਕਾਰਨ ਨੇ। ਰਿਪੋਰਟ 'ਚ ਸਪਸ਼ਟ ਕੀਤਾ ਕਿ ਇਸ ਹਾਲਤ ਨੂੰ ਕਾਬੂ ਕਰਨ ਲਈ ਕੁਝ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਨੇ, ਜਿਵੇਂ ਸਬਸਿਡੀਆਂ ਦੀ ਸਮਝਦਾਰੀ ਨਾਲ ਵਰਤੋਂ। ਇਹਦੇ ਵਿੱਚ ਇੱਕ ਹੋਰ ਨੁਕਤਾ ਜਿਹੜਾ ਦਿੱਤਾ ਗਿਆ, ਉਹ ਕਹਿੰਦੇ ਸੂਬੇ ਦਾ ਸਾਰਾ ਧਨ ਪੁਰਾਣੇ ਕਰਜ਼ ਚੁਕਾਉਣ ਤੇ ਖਰਚ ਕੀਤਾ ਜਾ ਰਿਹਾ, ਜਿਸ ਨਾਲ ਹੋਰ ਖੇਤਰਾਂ ਲਈ ਲਾਭ ਨਹੀਂ ਹੋ ਰਹੇ। ਨਾਲ ਦੀ ਨਾਲ ਹੀ ਇਹਦੇ ਵਿੱਚ ਖਾਸ ਤੌਰ ਤੇ ਜਿਹੜੇ ਗੈਰ ਬਜਟ ਕਰਜ਼ੇ ਨੇ, ਜਿਹੜੇ ਕਰਜ਼ੇ ਬਜਟ ਤੋਂ ਬਾਹਰ ਲਏ ਗਏ ਨੇ, ਉਹਦੇ ਕਾਰਨ ਵੀ ਇਹ ਵਿੱਤੀ ਪ੍ਰਬੰਧ ਡਗਮਗਾਇਆ ਔਰ ਇਹ ਸਰਕਾਰ ਦੀ ਸਥਿਤੀ ਬੜੀ ਨਾਜ਼ੁਕ ਆ। ਪੰਜਾਬ ਦੇ ਵਿੱਚ ਕੈਪੀਟਲ ਐਕਸਪੈਂਡੀਚਰ ਲਈ, ਮਤਲਬ ਨਵੀਆਂ ਸਕੀਮਾਂ ਲਈ, ਰੁਜ਼ਗਾਰ ਲਈ, ਬਾਕੀ ਚੀਜ਼ਾਂ ਲਈ ਪੈਸੇ ਬਚਦੇ ਹੀ ਨਹੀਂ। ਸਰਕਾਰ ਕਰਜ਼ੇ ਚੁਕਾਉਣ ਤੇ ਤਨਖਾਹਾਂ ਦੇਣ ਤੇ ਸਬਸਿਡੀਆਂ ਦੇ ਪੈਸੇ ਚੁਕਾਉਣ ਤੱਕ ਹੀ ਮਹਦੂਦ ਆ। ਇਹ ਬੜੀ ਡਰਾਉਣੀ ਤਸਵੀਰ ਹੈ, ਭਾਵੇਂ ਕਿ ਇਕੱਲਾ ਪੰਜਾਬ ਨਹੀਂ ਹੈ, ਐਕਸੈਪਸ਼ਨ ਨਹੀਂ ਹੈ, ਹੋਰ ਵੀ ਰਾਜਾਂ ਦੇ ਵਿੱਚ ਬਹੁਤ ਕਰਜ਼ੇ ਲਏ ਗਏ ਆ, ਪਰ ਕੀ ਸਾਡੀ ਆਮਦਨ ਇਹਦੇ ਨਾਲ ਵਧੀ? ਆਪਾਂ ਇਸ ਮਾਮਲੇ ਨੂੰ ਲੈਂਦੇ ਹਾਂ, ਇਹਦੇ ਉੱਤੇ ਗੱਲ ਨਹੀਂ ਹੋ ਰਹੀ। ਕਿਉਂ ਨਹੀਂ ਹੋ ਰਹੀ? ਵਿਧਾਨ ਸਭਾ ਦੇ ਅੰਦਰ ਵੀ ਗੱਲ ਨਹੀਂ ਹੋ ਰਹੀ ਕਿ ਸਾਡੇ ਵਿਧਾਨਕਾਰ, ਸਾਡੀਆਂ ਵਿਰੋਧੀ ਧਿਰਾਂ ਦੇ ਆਗੂ, ਉਹਨਾਂ ਦੀ ਸਮਰੱਥਾ ਨਹੀਂ ਆ, ਉਹ ਇਸ ਤਰ੍ਹਾਂ ਦੇ ਗੁੰਝਲਦਾਰ ਮਾਮਲਿਆਂ ਤੇ ਨਹੀਂ ਬੋਲਦੇ ਜਿਹੜੀ ਬੁਨਿਆਦ ਨੇ ਕਿਸੇ ਵੀ ਸਟੇਟ ਲਈ, ਕਿਸੇ ਵੀ ਪ੍ਰਬੰਧ ਲਈ ਬੁਨਿਆਦ, ਵਿੱਤੀ ਬੁਨਿਆਦ ਆ। ਖੈਰ ਮੈਂ ਇੱਥੇ ਜਾਊਂਗਾ। ਦੂਜਾ ਮਾਮਲਾ, ਕਿਸਾਨੀ ਸਾਡੀ ਰੀੜ ਆ। ਕਿਸਾਨੀ ਦਾ ਵੱਡਾ ਗਰੁੱਪ ਚੰਡੀਗੜ੍ਹ 'ਚ ਬੈਠਾ, ਇਹ 3 ਦਿਨ ਜਦੋਂ ਸੈਸ਼ਨ ਸੀ ਉਹ ਬੈਠੇ ਰਹੇ। ਹੁਣ ਸਵਾਲ ਇਸ ਗੱਲ ਦਾ ਹੈ ਕਿ ਅੱਜ ਮੁੱਖ ਮੰਤਰੀ ਉਹਨਾਂ ਨੂੰ ਜਦੋਂ ਮਿਲਣਗੇ ਤਾਂ ਭਰੋਸਾ ਕੀ ਦੇਣਗੇ? ਪੰਜਾਬ ਦੀ ਖੇਤੀ ਨੀਤੀ ਨੂੰ ਲੈ ਕੇ ਉਹ ਕਹਿੰਦੇ ਜੀ ਸਾਨੂੰ ਦੱਸੋ ਖੇਤੀ ਨੀਤੀ ਹੈ ਕੀ, ਇਹਨੂੰ ਜਨਤਕ ਕਰੋ, ਇਹਨੂੰ ਲਾਗੂ ਕਰੋ। 3 ਵਜੇ ਜਦੋਂ ਮੁੱਖ ਮੰਤਰੀ ਉਹਨਾਂ ਨਾਲ ਮੀਟਿੰਗ ਕਰਨਗੇ, ਭਰੋਸਾ ਕੀ ਦੇਣਗੇ? ਕਿਉਂਕਿ ਕੱਲ ਉਹ ਸੈਸ਼ਨ 'ਚ ਕਹਿ ਚੁੱਕੇ ਨੇ ਕਿ ਸਾਡੀ ਜਿਹੜੀ ਖੇਤੀ ਨੀਤੀ ਅਸੀਂ ਸਾਰੀਆਂ ਧਿਰਾਂ ਨਾਲ ਸਲਾਹ ਕਰਕੇ, ਸਾਰਿਆਂ ਨੂੰ ਸਹਿਮਤ ਕਰਕੇ ਤੇ ਫਿਰ ਇਹਨੂੰ ਅੱਗੇ ਲਿਆਵਾਂਗੇ। ਕੀ ਜਦੋਂ ਖੇਤੀ ਨੀਤੀ ਬਣਾਈ ਜਾਂਦੀ ਆ ਉਦੋਂ ਸਾਰੀਆਂ ਧਿਰਾਂ ਨਾਲ ਗੱਲ ਕੀਤੇ ਬਿਨਾਂ ਹੀ ਬਣਾ ਲਈ ਜਾਂਦੀ ਆ? ਜਿਹੜੇ ਐਕਸਪਰਟ ਨੇ, ਮਾਹਰ ਨੇ, ਉਹ ਕੀ ਝੱਖ ਮਾਰ ਰਹੇ ਸੀ? ਸੋ ਇਸ ਮਾਮਲੇ ਨੂੰ ਵੀ ਲੈਂਦੇ ਹਾਂ ਕਿ ਕੀ ਕਿਸਾਨ ਚੰਡੀਗੜ੍ਹ 'ਚ ਪੱਕੇ ਮੋਰਚੇ 'ਚ ਬੈਠਣਗੇ ਜਾਂ ਤੁਰ ਜਾਣਗੇ। ਤੀਜਾ ਮਾਮਲਾ, ਪੰਜਾਬ ਦੇ ਪਿੰਡਾਂ 'ਚ ਇੱਕ ਨਵੇਂ ਨਸ਼ੇ ਨੇ ਦਸਤਕ ਦਿੱਤੀ ਆ, ਇਹ ਕੈਪਸੂਲ ਨੇ ਪਸ਼ੂਆਂ ਨੂੰ ਲੱਗਣ ਵਾਲੇ। ਅਸੀਂ ਅੱਜ ਦੇ ਦਿਨ 'ਚ ਜਦੋਂ ਬੈਠੇ ਹਾਂ ਪੂਰੇ ਪੰਜਾਬ 'ਚ ਜਾਲ ਫੈਲ ਰਿਹਾ, ਪੁਲਿਸ ਦਾ ਡੰਗ ਤੇਜ਼ ਹੋਣ ਕਰਕੇ ਹੈਰੋਇਨ ਤੇ ਬਾਕੀ ਨਸ਼ੇ, ਸਮੈਕ ਵਗੈਰਾ, ਉਹਨਾਂ ਦੀ ਬਜਾਏ ਇਹ ਵੀ ਬੜੇ ਖਤਰਨਾਕ ਨਸ਼ੇ ਆ, ਇਹ ਕਿਉਂ ਵਾਪਰੇ ਔਰ ਇਹਨਾਂ ਦੇ ਨੁਕਸਾਨ ਕੀ ਇੱਥੇ ਪਹੁੰਚਾਉਂਦੇ ਆ? ਹਰਿਆਣੇ ਦੇ ਵਿੱਚ ਸੰਕਟ ਵਧਿਆ ਹੋਇਆ ਸਿਆਸਤ 'ਚ, ਕਾਂਗਰਸ ਔਰ ਆਮ ਆਦਮੀ ਪਾਰਟੀ ਦੇ ਵਿੱਚ ਸੀਟਾਂ ਦੀ ਲੈਣ ਦੇਣ ਨੂੰ ਲੈ ਕੇ ਕੱਲ੍ਹ ਲੰਬੀ ਚੌੜੀ ਮੀਟਿੰਗ ਹੋਈ, ਅੱਜ ਫੇਰ ਹੋਊਗੀ। ਕਾਂਗਰਸ 10 ਤੋਂ ਥੱਲੇ 5-4 ਸੀਟਾਂ ਦੇਣ ਤੱਕ ਮਹਦੂਦ ਆ, ਉਹ 10 ਕੁ ਮੰਗਦੇ ਨੇ। ਸਵਾਲ ਇਸ ਗੱਲ ਦਾ ਕਿ ਹਰਿਆਣੇ ਦੇ ਕਾਂਗਰਸੀ ਬਿਲਕੁਲ ਇਹ ਸਮਝੌਤੇ ਦੇ ਉਲਟ ਨੇ, ਬਾਜਵਾ ਵੀ ਕਹਿੰਦਾ ਇਹਨਾਂ ਤੋਂ ਜਿੰਨੀ ਦੂਰੀ ਰੱਖੀ ਜਾਵੇ ਚੰਗਾ। ਇਸ ਮਾਮਲੇ ਨੂੰ ਵੀ ਲੈਂਦੇ ਆ। ਭਾਜਪਾ ਨੇ ਅੱਜ ਜਿਹੜੀ ਕੱਲ੍ਹ ਲਿਸਟ ਜਾਰੀ ਕੀਤੀ ਸ਼ਾਮ ਨੂੰ, 40 ਬੰਦਿਆਂ ਦੀਆਂ ਟਿਕਟਾਂ ਕੱਟਤੀਆਂ, ਬੜਾ ਵੱਡਾ ਉਲਟ ਫੇਰਾ, ਇਹਦਾ ਵਿਰੋਧ ਕਿੰਨਾ ਦੇਖਣ ਨੂੰ ਮਿਲੂਗਾ, ਔਰ ਜਿਹੜੀ ਆਮ ਤੌਰ ਤੇ ਸੱਤਾ ਵਿਰੋਧ ਦੀ ਲਹਿਰ ਹੁੰਦੀ ਆ ਉਹਦਾ ਫਾਇਦਾ ਕਿੰਨਾ ਹੋਊਗਾ ਨਵੇਂ ਬੰਦੇ ਆਉਣ ਨਾਲ? ਇੱਥੇ ਜਾਂਦੇ ਆ
ਸਭ ਤੋਂ ਪਹਿਲਾਂ ਸਾਹਿਬ ਹਮੀਰ ਸਿੰਘ ਜੀ, ਜਦੋਂ ਪੰਜਾਬ ਦਾ ਵਿੱਤੀ ਪ੍ਰਬੰਧ ਗੜਬੜਾ ਰਿਹਾ, ਸਾਡੀ ਆਮਦਨ ਤੇ ਖਰਚ ਵਿੱਚ ਪਾੜਾ ਵੱਧ ਰਿਹਾ, ਸਾਡੀ ਸਟੇਟ ਕੋਲ ਆਪਣੇ ਲੋਕਾਂ ਲਈ ਨਵੀਆਂ ਸਕੀਮਾਂ ਲਈ ਨਵੀਂ ਇਨਵੈਸਟਮੈਂਟ ਲਈ ਪੈਸਾ ਹੀ ਨਹੀਂ ਬਚਦਾ, ਸਟੇਟ ਕਿਵੇਂ ਰਨ ਹੋਊਗੀ? ਕੇਂਦਰ ਪੈਸੇ ਦੇਣ ਤੋਂ ਆਕੀ ਹੈ, ਪੰਜਾਬ ਸਰਕਾਰ ਕੇਂਦਰੀ ਸਕੀਮਾਂ ਲਾਗੂ ਕਰਨ ਤੋਂ ਅਸਮਰੱਥ ਹੋ ਰਹੀ ਹੈ, ਜੋ ਕੈਗ ਦੀ ਰਿਪੋਰਟ 'ਚ ਲਿਖਿਆ, ਕਿਵੇਂ ਸਮਝ ਰਹੇ ਹੋ ਤੁਸੀਂ ਇਹਨੂੰ? ਬਿਲਕੁਲ, ਪੰਜਾਬ ਦਾ ਕਾਫੀ ਲੰਬੇ ਸਮੇਂ ਤੋਂ ਇਹ ਰਿਕਾਰਡ ਹੈ ਕਿ ਡੈਟ ਟ੍ਰੈਪਸ ਵੱਲ ਨੂੰ ਵੱਧ ਰਿਹਾ, ਡੈਟ ਟ੍ਰੈਪ 'ਚ ਫਸਦਾ ਜਾ ਰਿਹਾ ਹੈ। ਡੈਟ ਟ੍ਰੈਪ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਇਹੋ ਜਿਹੇ ਜਾਲ 'ਚ ਫਸਦੇ ਜਾ ਰਹੇ ਹੋ ਜਿਹਦੇ 'ਚੋਂ ਆਪਣੇ ਆਪ ਨਿਕਲਣਾ ਬੜਾ ਮੁਸ਼ਕਲ ਕੰਮ ਹੈ। ਕਰਜ਼ੇ 'ਚ ਤਾਂ ਸਾਰੇ ਹੀ ਹੁੰਦੇ ਨੇ, ਪਰ ਜਦ ਤੁਹਾਡੀ ਆਮਦਨ ਤੇ ਕਰਜ਼ੇ 'ਚ ਇੰਨਾ ਕੁ ਤਾਲਮੇਲ ਰਹਿੰਦਾ ਹੈ ਕਿ ਤੁਸੀਂ ਮੋੜ ਸਕਦੇ ਹੁੰਦੇ ਹੋ, ਤੁਹਾਡੀ ਕਮਾਈ ਉਹਦੇ ਨੇੜੇ ਤੇੜੇ ਹੁੰਦੀ ਹੈ, ਫਿਰ ਕਰਜ਼ਾ ਜ਼ਿਆਦਾ ਵੀ ਹੋਵੇ ਤਾਂ ਬਹੁਤਾ ਮਤਲਬ ਤੰਗ ਨਹੀਂ ਕਰਦਾ ਕਿ ਜੇ ਤੁਹਾਡੀ ਆਮਦਨ ਦਾ ਲੈਵਲ ਨਾਲ ਨਾਲ ਇਨਕਰੀਜ਼ ਹੁੰਦਾ ਜਾਂਦਾ। ਪਰ ਸਵਾਲ ਇਹ ਹੈ ਕਿ ਜਿਹੜਾ ਰੈਵਨਿਊ ਹੈ, ਮਾਲੀਆ ਇਕੱਠਾ ਕਰਨਾ, ਇਹਦੇ ਦੋ ਵੱਖਰੇ ਸੂਚਕ ਨੇ, ਇੱਕ ਫਿਸਕਲ ਘਾਟਾ ਜਿਹਨੂੰ ਅਸੀਂ ਕਹਿੰਦੇ ਹਾਂ ਵਿੱਤੀ ਘਾਟਾ, ਤੇ ਦੂਜਾ ਮਾਲੀ ਘਾਟਾ ਰੈਵਨਿਊ ਦਾ। ਵਿੱਤੀ ਘਾਟੇ ਦਾ ਤਾਂ ਉਹਦੇ ਨਾਲ ਬੜਾ ਵੱਡਾ ਫਿਰ ਵੀ ਸੰਬੰਧ ਹੁੰਦਾ ਕਿ ਤੁਸੀਂ ਇਨਵੈਸਟ ਕਰਦੇ ਹੋ, ਕਰਜ਼ਾ ਲੈਂਦੇ ਹੋ, ਬਾਕੀ ਉੱਧਰ ਕਿਤੇ ਲਾਉਂਦੇ ਹੋ, ਡਿਵੈਲਪਮੈਂਟ ਕਰਦੇ ਹੋ, ਤੇ ਉਹਦੇ 'ਚੋਂ ਕੁਝ ਰਿਟਰਨ ਵੀ ਆਉਂਦੀ ਹੈ, ਨਵਾਂ ਪੈਸਾ ਟੈਕਸ ਵੀ ਆ ਜਾਏਗਾ। ਪਰ ਜਿਹੜਾ ਮਾਲੀ ਘਾਟੇ ਤਾਂ ਡੇ ਟੂ ਡੇ ਦੀਆਂ ਸਮੱਸਿਆਵਾਂ ਜਾਂ ਖਰਚਿਆਂ ਨੂੰ ਡੀਲ ਕਰਨ ਲਈ ਹੁੰਦਾ। ਜੇ ਤੁਹਾਡੇ ਕੋਲ ਇਹਦੇ 'ਚ ਵੀ ਐਡਾ ਵੱਡਾ ਗੈਪ ਹੈ, ਇਹਦਾ ਮਤਲਬ ਹੁੰਦਾ ਸਿੱਧਾ ਹੀ ਕਿ ਤੁਹਾਡੇ ਕੋਲ ਤਨਖਾਹਾਂ ਦੇਣ ਨੂੰ ਪੈਸਾ ਨਹੀਂ, ਹੋਰ ਕਰਜ਼ਾ ਲਓਗੇ ਫਿਰ, ਜੇ ਤੁਹਾਡੇ ਕੋਲ ਘਾਟਾ 26,000 ਕਰੋੜ ਦੇ ਨੇੜੇ ਤੇੜੇ ਹੈ ਜਿਹੜਾ, ਔਰ ਉਹ ਵੱਧ ਵੀ ਤੇਜ਼ੀ ਨਾਲ ਰਿਹਾ। ਇੱਕ ਗੱਲ ਇਹ ਵੀ ਹੁੰਦੀ ਹੈ ਵੀ ਕਈ ਵਾਰ ਜਿਹੜਾ 2021-22 ਤੇ 2022-23 ਦਾ ਡਾਟਾ ਇਹਨੇ ਦਿੱਤਾ, ਤੇ 2022-23 ਦੇ ਡਾਟੇ ਤੇ 21-22 'ਚ ਵੀ 8,000 ਕਰੋੜ ਤੋਂ ਜ਼ਿਆਦਾ ਦਾ ਫਰਕ ਹੈ ਲਗਭਗ, ਜਿਹੜਾ ਇਹਨਾਂ ਦੋਨਾਂ ਦੇ ਵਿੱਚ ਵੀ ਗੈਪ ਹੈ। ਉਦੋਂ ਪੁਰਾਣਾ 7,000 ਕਰੋੜ ਦਾ ਸੀ, ਉਦੋਂ ਪੁਰਾਣਾ ਹੋਰ, ਇਹ ਲਗਾਤਾਰ ਮਤਲਬ ਵਾਧੇ ਵੱਲ ਰੁਝਾਨ ਹੈ ਜਿਹਦੇ ਉੱਤੇ ਚਿੰਤਾ ਪ੍ਰਗਟ ਕੀਤੀ ਗਈ ਹੈ ਕੈਗ ਦੀ। ਔਰ ਉਹਦੇ 'ਤੇ ਸਭ ਤੋਂ ਜ਼ਿਆਦਾ ਗੱਲ ਹੈ ਫਿਰ ਕਰਜ਼ਾ ਚੜ੍ਹਦਾ, ਜਿਹੜਾ ਬਜਟ ਡਾਕੂਮੈਂਟ ਨੇ ਪਿਛਲੇ ਇਹਨਾਂ ਦੇ ਆਪਣੇ ਪੰਜਾਬ ਸਰਕਾਰ ਦੇ, ਉਹ ਲਗਾਤਾਰ ਇਹ ਕਹਿ ਰਹੇ ਨੇ ਕਿ ਆਹ ਮਾਰਚ ਜਿਹੜੀ ਆਊਗੀ 2025, ਪੰਜਾਬ ਦਾ ਕਰਜ਼ਾ 41,000 ਕਰੋੜ ਵੱਧ ਕੇ 3,74,000 ਕਰੋੜ ਤੱਕ ਚਲਾ ਜਾਊਗਾ। ਇਦੋਂ ਪਹਿਲੇ 2-3 ਸਾਲ ਦਾ 30,000 ਕਰੋੜ ਵੱਧਦਾ ਸੀਗਾ, ਇਹਦਾ ਮਤਲਬ ਉਦੋਂ ਵੀ 11,000 ਕਰੋੜ ਹੋਰ ਵੱਧ ਜਾਊਗਾ। ਜਦੋਂ ਉਦੋਂ ਵੀ 11,000 ਕਰੋੜ ਹੋਰ ਵੱਧ ਜਾਊਗਾ, ਤੇ ਜੇ ਹੁਣ 20,000 ਕਰੋੜ ਦੀ ਕਿਸ਼ਤ ਜਾਂਦੀ ਹੈ ਸਾਲ ਦੀ, ਤਾਂ ਕਰਜ਼ੇ ਦੀ ਕਿਸ਼ਤ ਵੀ ਤਾਂ ਹੋਰ ਵੱਧ ਜਾਊਗੀ। ਫਿਰ ਤੁਹਾਡਾ 3 ਕੰਪੋਨੈਂਟ ਨੇ, ਕਰਜ਼ੇ ਦਾ ਵਿਆਜ, ਮੁਲਾਜ਼ਮਾਂ ਦੇ ਤੇ ਰਿਟਾਇਰ ਬੰਦਿਆਂ ਦੇ ਤਨਖਾਹਾਂ ਤੇ ਪੈਨਸ਼ਨਾਂ, ਤੇ ਪਲੱਸ ਜਿਹੜਾ ਸਬਸਿਡੀ ਹੈ, ਇਹ ਸਾਡਾ ਸਾਰਾ ਰੈਵਨਿਊ ਲਗਭਗ ਖਾ ਜਾਂਦੇ ਨੇ। ਤੇ ਇਦੋਂ ਬਿਨਾਂ ਪੈਸਾ ਤਾਂ ਬਚਦਾ ਨਹੀਂ ਡਿਵੈਲਪਮੈਂਟ ਦੇ ਲਈ, ਜਾਂ ਕਿੱਥੇ ਆਪਾਂ ਹੋਰ ਖਰਚ ਕਰਨਾ। ਇਹਦੇ ਨਾਲ ਐਜੂਕੇਸ਼ਨ ਵੀ ਸਫ਼ਰ ਕਰਦੀ ਹੈ, ਹੈਲਥ ਵੀ, ਬਾਕੀ ਚੀਜ਼ਾਂ ਵੀ, ਹੋਰ ਸਾਰੀਆਂ ਸਾਡੇ ਸਾਹਮਣੇ ਨੇ। ਹੁਣ ਉਹ ਸਾਰੇ ਮਾਮਲੇ ਦੇ ਵਿੱਚ ਤੁਸੀਂ ਦੇਖੋ ਵੀ ਲਗਭਗ 24,000 ਕਰੋੜ ਨੂੰ ਤਾਂ ਢੁੱਕ ਗਈ ਹੈ ਬਿਜਲੀ, ਪਲੱਸ ਛੋਟੇ ਮੋਟੇ 1-2 ਹੋਰ ਸਰੀਆਂ ਸਬਸਿਡੀਆਂ ਨੇ, ਤੇ 20,000 ਕਰੋੜ ਤੋਂ ਉੱਪਰ ਸਾਡਾ ਕਰਜ਼ੇ ਦਾ ਵਿਆਜ ਹੋ ਜਾਏਗਾ। ਤੇ ਇਹਨਾਂ ਦੋਨਾਂ ਦੇ ਜੋੜ ਦੇ ਨੇੜੇ ਤੇੜੇ ਜਦ ਕੇ ਤੁਹਾਡੀਆਂ ਤਨਖਾਹਾਂ, ਪੈਨਸ਼ਨਾਂ ਤੇ ਸਾਰਾ ਕੁਝ ਹੋ ਜਾਏਗਾ। ਤੁਹਾਡੇ ਕੋਲ ਪੈਸੇ 26,000 ਕਰੋੜ ਹੋਰ ਘਾਟਾ ਚਾਹੀਦਾ, ਉਹਦਾ ਕਰਜ਼ਾ ਹੀ ਲਾਉਂਗੇ ਫਿਰ, ਜਿਹੜਾ ਮਾਲੀ ਘਾਟਾ ਉਹਦਾ ਕਰਨਗੇ ਕਿ ਨਵਾਂ ਕਰਜ਼ਾ ਲੈਣਾ ਪਊਗਾ ਨਾ ਉਹਨੂੰ ਮੈਚ ਕਰਨ ਦੇ ਵਾਸਤੇ। ਇਹ ਕਮਿਟਡ ਖਰਚੇ ਨੇ ਜਿਹਨਾਂ ਨੂੰ ਕਿਹਾ ਜਾਂਦਾ, ਪ੍ਰਤੀਬੰਧ ਖਰਚੇ ਤਾਂ ਹੋਣੇ ਹੀ ਹੋਣੇ ਨੇ, ਇਹ ਤੁਸੀਂ ਘਟਾ ਨਹੀਂ ਸਕਦੇ ਜੇਕਰ ਇਹਨਾਂ ਤੇ ਕੋਈ ਫਿਰ ਪਾਲਿਸੀ ਡਿਸੀਜਨ ਬਦਲਦੇ ਨਹੀਂ ਹੋ ਜਾਂ ਕੋਈ ਫੈਸਲਾ ਨਹੀਂ ਬਦਲਦੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੀ ਸਰਕਾਰ ਜਿਹੜੀ ਇਹ ਕਹਿੰਦੀ ਹੈ ਕਿ ਪੁਰਾਣੇ ਬੰਦਿਆਂ ਨੂੰ ਤਾਂ ਪਤਾ ਹੀ ਨਹੀਂ ਸੀ ਪੈਸੇ ਕਿੱਥੋਂ ਆਉਣੇ ਨੇ, ਸਾਨੂੰ ਪਤਾ ਹੈ ਅਸਲ 'ਚ, ਅਸੀਂ ਹੇਠੋਂ ਉੱਠੇ ਹਾਂ, ਸਾਨੂੰ ਬਹੁਤ ਪਤਾ ਹੈ। ਪਹਿਲਾਂ ਤਾਂ ਕਹਿੰਦੇ ਸੀ ਜੀ ਆਪਾਂ ਜ਼ਮੀਨਾਂ ਜਿਹੜੀਆਂ ਆਸਾਮ ਨਾਲ ਦੱਬੀਆਂ ਨੇ, ਦੇਖੋ ਇਹ ਨਾ ਪੰਚਾਇਤੀ ਇਹੀ ਛੁਡਾਛੜਾ ਘਰ ਪੂਰਾ ਕਰ ਲੈਣਾ,
ਹਾਲਾਂਕਿ ਇਹ ਨਹੀਂ ਪਤਾ ਵੀ ਉਹ ਤੁਹਾਡੇ ਕੋਲ ਕਿਵੇਂ ਆਊਗਾ ਸਰਕਾਰੀ ਖਜ਼ਾਨੇ, ਜਿਹੜਾ ਛਡਾਲੀ ਜ਼ਮੀਨ ਜੇ ਠੇਕਾ ਵੀ ਹੈ ਤਾਂ ਪੰਚਾਇਤਾਂ ਨੂੰ ਜਾਏਗਾ ਤੇ ਵੱਖ ਵੱਖ ਜਗ੍ਹਾ ਜਾਏਗਾ। ਦੂਸਰੀ ਗੱਲ ਫਿਰ ਉਹ ਕਹਿੰਦੇ ਆਪਾਂ ਮਾਈਨਿੰਗ ਚੋਂ ਕਮਾ ਲੈਣਾ ਜੀ 20-25,000 ਕਰੋੜ ਤੱਕ, ਕਿਤੇ ਵੀ ਇਲੀਗਲ ਮਾਈਨਿੰਗ ਹੋ ਰਹੀ ਹੈ, ਪੈਸੇ ਦੱਸੇ ਹੀ ਨਹੀਂ ਕਿੱਥੋਂ ਕਮਾਏ ਨੇ ਤੇ ਕਿੱਥੇ ਆ ਗਏ ਕਿੱਥੇ ਨਹੀਂ। ਫਿਰ ਉਹ ਕਹਿੰਦੇ ਸੀ ਐਕਸਾਈਜ਼ ਪਾਲਿਸੀ ਚੋਂ ਆ ਜਾਣੇ ਨੇ ਸਾਨੂੰ ਪੈਸੇ ਬਹੁਤ, ਐਕਸਾਈਜ਼ ਪਾਲਿਸੀ ਨੇ ਦਿੱਲੀ ਦੀ ਸਰਕਾਰ ਦੇ ਚਰਖ ਚੂੰਡਾ ਬੰਨਿਆ ਪਿਆ ਤੇ ਇਹਨਾਂ ਵਾਲੀ ਪਾਲਿਸੀ ਚੋਂ ਤਾਂ ਕਿੰਨਾ ਕੁ ਆਇਆ ਕਿੰਨਾ ਗਿਆ ਜੇ ਗੱਲ ਹੀ ਨਹੀਂ ਹੋ ਰਹੀ। ਤੇ ਰੈਵਨਿਊ ਦੇ ਵਸੀਲੇ ਜਿਹੜੇ ਨੇ ਪੰਜਾਬ ਗੌਰਮੈਂਟ ਕੋਲ ਵੈਸੇ ਵੀ ਥੋੜੇ ਨੇ, ਜਿਹੜੇ ਹੈਗੇ ਉਹ ਪ੍ਰੋਪਰਲੀ ਮੇਰੇ ਖਿਆਲ ਉਹਨਾਂ ਤੇ ਫੋਕਸ ਨਹੀਂ ਹੋ ਰਿਹਾ। ਇਹ ਸਾਰੇ ਕੰਮ ਦੇ ਵਿੱਚ ਜੇ ਪੰਜਾਬ ਦੀ ਅਰਥ ਵਿਵਸਥਾ ਡੋਲਦੀ ਹੈ, ਡਾਵਾਂਡੋਲ ਹੋ ਜਾਂਦੀ ਹੈ, ਜਿਹੜੀ ਬਹੁਤ ਸੰਕਟ 'ਚ ਹੋਏਗੀ, ਤਾਂ ਅਸੀਂ ਰੰਗਲਾ ਪੰਜਾਬ ਦਾ ਨਾਰਾ ਦਈਏ ਜਿਹੜੇ ਮਰਜ਼ੀ ਦਈਏ, ਨਾ ਤਾਂ ਸਾਡੇ ਤੋਂ ਪੋਸਟਾਂ ਭਰੀਆਂ ਜਾਣੀਆਂ ਨੇ। ਆਹ ਵੀ ਜਿੰਨੀਆਂ ਕੁ ਚੀਫ ਮਿਨਿਸਟਰ ਕਹਿ ਰਹੇ ਨੇ ਨਾ ਕਿ ਮੈਂ 42,000 ਭਰਤੀ ਫਲਾਨੀ, ਕੋਈ ਨਵੀਂ ਪੋਸਟ ਨਹੀਂ। ਜੇ ਤੁਸੀਂ ਅੰਦਾਜ਼ਾ ਲਾਓਗੇ ਪੰਜਾਬ ਦੇ ਮੁਲਾਜ਼ਮਾਂ ਦਾ, ਲਗਭਗ ਜਿਹੜੀਆਂ 10,000 ਦੇ ਕਰੀਬ, 10-15,000 ਦੇ ਕਰੀਬ ਰਿਟਾਇਰਮੈਂਟ ਹੁੰਦੀ ਹੈ ਹਰ ਸਾਲ। ਜੇ ਉਹ ਵੀ ਲਗਾਤਾਰ ਭਰਦੇ ਜਾਓਗੇ ਤਾਂ ਵੀ ਉਨੀਆਂ ਪੋਸਟਾਂ ਤੁਹਾਨੂੰ ਚਾਹੀਦੀਆਂ ਹੁੰਦੀਆਂ ਨੇ ਸਾਲ ਦੀਆਂ, ਪੁਰਾਣੀਆਂ ਹੀ ਰਿਟਾਇਰਮੈਂਟ ਦੇ ਅਗੇਂਸਟ ਜੇਕਰ ਤੁਸੀਂ ਕਰਦੇ ਜਾਓਗੇ। ਇਹਦੇ 'ਚ ਦੋ ਵੱਡੇ ਅਦਾਰੇ ਨੇ, ਇੱਕ ਐਜੂਕੇਸ਼ਨ ਹੈ, ਸਕੂਲ 'ਚ ਜ਼ਿਆਦਾ, ਸਕੂਲਾਂ ਦੇ ਵਿੱਚ ਜ਼ਿਆਦਾ ਨਫਰੀ ਹੈ, ਅਤੇ ਜਾਂ ਪੁਲਿਸ 'ਚ। ਇਹ ਦੋਨਾਂ ਦੇ ਵਿੱਚ ਹੀ ਵੱਡੀਆਂ ਰਿਟਾਇਰਮੈਂਟ ਹੁੰਦੀਆਂ ਨੇ ਬਹੁਤ ਜ਼ਿਆਦਾ, ਫਿਰ ਤੁਹਾਨੂੰ ਭਰਨੀਆਂ ਪੈਂਦੀਆਂ ਨੇ। ਤੁਸੀਂ ਨਵੀਆਂ ਕਿਹੜੀਆਂ ਪੋਸਟਾਂ ਕ੍ਰੀਏਟ ਕੀਤੀਆਂ ਜਿਹੜੀਆਂ ਤੁਸੀਂ ਕਹਿ ਰਹੇ ਹੋ? ਹਜੇ ਤਾਂ ਓਨੇ ਹੀ ਪੈਸੇ ਦਿੱਤੇ ਜਾ ਰਹੇ ਨੇ ਉਹਨਾਂ ਨੂੰ। ਇਹ ਬਹੁਤ ਬੜੇ ਮਾਮਲੇ ਹੋ ਗਏ ਨੇ, ਤੇ ਕਹਿਣ ਨੂੰ ਚਾਹੇ ਸਰਕਾਰ ਕੁਝ ਨਹੀਂ ਕਹਿ ਰਹੀ, ਪਰ ਇਹਦੇ ਤੇ ਮੰਥਨ ਜਿਵੇਂ ਨਾ ਵਿਧਾਨ ਸਭਾ 'ਚ, ਨਾ ਕੋਈ ਐਕਸਪਰਟ ਗਰੁੱਪ ਬਣਾਇਆ, ਰੈਵਨਿਊ ਕਲੈਕਸ਼ਨ ਕਿੱਥੋਂ ਆਏਗੀ, ਕੇਂਦਰ ਸਰਕਾਰ ਨਾਲ ਪੰਗਾ ਪਿਆ ਹੋਇਆ। ਇੱਕ ਹੱਦ ਤੱਕ ਇਹਨਾਂ ਦਾ ਲਗਭਗ 15-16,000 ਕਰੋੜ ਰੁਪਈਆ ਤਾਂ ਕੇਂਦਰ ਨਾਲ ਵੀ ਟਾਈ ਅਪ ਦੇ ਵਿੱਚ ਹੀ ਫਸਿਆ ਹੋਇਆ। NHM ਦਾ ਪੈਸਾ, ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ, ਉਹ ਤਾਂ ਛੋਟੀਆਂ ਛੋਟੀਆਂ ਗੱਲਾਂ ਨਾਲ ਫਸਿਆ ਹੋਇਆ NHM ਦਾ, ਤਾਂ ਕਿ ਤੁਸੀਂ ਆਮ ਆਦਮੀ ਪਾਰਟੀ ਕਲੀਨ ਕਿਉਂ ਲਿਖਤਾ, ਸਾਡਾ ਜਿਹੜਾ ਪਹਿਲਾਂ ਵਾਲਾ ਚੱਲ ਰਿਹਾ ਸੀ ਉਹ ਕਿਉਂ ਨਹੀਂ ਤੁਸੀਂ ਲਿਖਦੇ? ਉਹ ਸਾਰੇ ਮਾਮਲੇ 'ਚ ਕਿਤੇ ਫੋਟੋ ਲੱਗਣ ਦਾ ਰੌਲਾ ਹੈ, ਕਿਤੇ ਨਾਮ ਬਦਲਣ ਦਾ ਰੌਲਾ ਹੈ, ਇਹਨਾਂ ਚੀਜ਼ਾਂ 'ਚ ਲੋਕ ਸਫ਼ਰ ਕਰ ਰਹੇ ਨੇ। ਤੁਸੀਂ ਰੂਰਲ ਡਿਵੈਲਪਮੈਂਟ ਫੰਡ ਦੇ 8-9,000 ਕਰੋੜ ਦੇ ਉੱਥੇ ਚਲੇ ਗਏ ਹੋ ਸੁਪਰੀਮ ਕੋਰਟ 'ਚ, ਉਹ ਪੇਸੀਆਂ ਪਈ ਜਾਂਦੀਆਂ ਨੇ, ਨਾ ਤੁਹਾਨੂੰ ਮਿਲਦਾ ਨਾ ਉਹ, ਨਾ ਤੁਸੀਂ ਉੱਥੇ ਪੋਲੀਟੀਕਲ ਫਾਈਟ ਕਰ ਰਹੇ ਹੋ ਕਿ ਸਾਡਾ ਪੈਸਾ ਹੈ ਅਤੇ ਸਾਡਾ ਪੈਸਾ ਦਿਓ। ਤਾਂ ਵਿੱਤੀ ਸੰਕਟ ਸਭ ਤੋਂ ਸੀਰੀਅਸ ਸੰਕਟ ਹੁੰਦਾ। ਤੁਹਾਡੇ ਕਾਲਜਾਂ 'ਚ DDO ਪਾਵਰ ਜਿਹੜੀਆਂ ਨੇ ਉਹ 5-5 ਕਾਲਜਾਂ ਦੇ ਇੱਕ ਇੱਕ ਪ੍ਰਿੰਸੀਪਲ ਨੂੰ ਦਿੱਤੀਆਂ ਹੋਈਆਂ ਨੇ, ਅਤੇ 15% ਰੈਗੂਲਰ ਸਟਾਫ ਰਹਿ ਗਿਆ, ਬਾਕੀ ਸਟਾਫ ਤੁਹਾਡੇ ਕੋਲ ਨਹੀਂ ਹੈ। ਕਿੰਨੀਆਂ ਚੀਜ਼ਾਂ ਜਦੋਂ ਹੋ ਰਹੀਆਂ ਨੇ, ਇਹਦੇ ਨਾਲ ਇਹ ਸਫ਼ਰ ਤਾਂ ਹੋ ਹੀ ਗਏ ਨਾ, ਚੀਜ਼ਾਂ ਜਿਹੜੀਆਂ ਬਾਕੀ ਹੋ ਰਹੀਆਂ। ਫਿਰ ਤੁਸੀਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਤੁਹਾਨੂੰ ਕਹਿਣਾ ਪੈਂਦਾ, ਚਾਹੇ ਲੋਕਾਂ ਦੇ ਦਵਾ ਕਰਕੇ ਵਾਪਸ ਲੈ ਲਈਏ, ਆਪਾਂ ਕਾਲਜ ਅਟੋਨਮਸ ਕਰ ਦਿੰਦੇ ਹਾਂ। ਅਟੋਨਮਸ ਦਾ ਮਤਲਬ ਹੌਲੀ ਹੌਲੀ ਕੀ ਹੈ ਕਿ ਆਪਣੀਆਂ ਫੀਸਾਂ ਦਾ ਭਾਈ ਆਪ ਪ੍ਰਾਈਵੇਟ ਵਾਂਗ ਪ੍ਰਬੰਧ ਕਰੋ, ਫਿਰ ਫੀਸਾਂ ਉਨੀਆਂ ਹੀ ਹੋ ਜਾਣਗੀਆਂ। ਜਿਹੜੇ ਬੰਦੇ ਸਰਕਾਰੀ ਕਾਲਜਾਂ 'ਚ ਮਾੜੀ ਮੋਟੀ ਘੱਟ ਫੀਸ ਵਾਲੇ ਜਾਂਦੇ ਸੀ, ਉਹ ਵੀ ਨਹੀਂ ਜਾਣਗੇ। ਇਹ ਸਾਰੇ ਮੁੱਦੇ 'ਤੇ ਘੱਟੋ ਘੱਟ ਜੇ ਉਹ ਕਹਿੰਦੇ ਨੇ ਆਪਾਂ 3 ਕਰੋੜ 3.5 ਕਰੋੜ ਪੰਜਾਬੀਆਂ ਨੂੰ ਜਵਾਬ ਦੇ ਹਾਂ, ਤਾਂ ਗੌਰਮੈਂਟ ਨੂੰ ਜਿਵੇਂ ਵਾਈਟ ਪੇਪਰ ਵੀ ਹੁਣ ਤਾਂ ਖੈਰ ਨਾਮ ਐਵੇਂ ਰਹਿ ਗਿਆ, ਕੋਈ ਮਤਲਬ ਨਹੀਂ ਬਚਿਆ, ਘੱਟੋ ਘੱਟ ਇਕਨੋਮਿਕ ਸਥਿਤੀ ਦੀ ਰੀਅਲ ਪਿਕਚਰ ਗੌਰਮੈਂਟ ਨੂੰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਪੇਸ਼ ਕਰਨੀ ਚਾਹੀਦੀ ਹੈ। ਫਿਰ ਕੋਈ ਅਲਟਰਨੇਟਿਵ ਵੀ ਪੇਸ਼ ਕਰਨਾ ਚਾਹੀਦਾ, ਪੰਜਾਬ ਦੇ ਨਾਲ ਜੁੜੇ ਇਕਨੋਮਿਸਟਾਂ ਦੀ ਕੋਈ ਕਮੇਟੀ ਬਣਾ ਕੇ, ਕੋਈ ਬਾਕੀ ਦੀਆਂ ਚੀਜ਼ਾਂ ਨੇ। ਪੰਜਾਬ 'ਚ ਟੈਕਸ ਤਾਂ ਵੈਸੇ ਹੀ ਹਾਈਐਸਟ ਨੇ, ਟੈਕਸ ਨਵਾਂ ਲਾਉਣ ਦੀ ਤਾਂ ਸਕੋਪ ਹੀ ਨਹੀਂ ਹੈ, ਤੁਸੀਂ ਕਿੱਥੇ ਕਿੱਥੇ ਲਾ ਦਿਓਗੇ ਟੈਕਸ, ਪੁਰਾਣੇ ਟੈਕਸਾਂ ਨੂੰ ਹੀ ਕਿਵੇਂ ਵਸੂਲ ਕਰੋਗੇ? ਇੱਕ ਅੰਦਾਜ਼ਾ ਲੱਗ ਰਿਹਾ ਸੀ ਰਣਜੀਤ ਸਿੰਘ ਘੁੰਮਣ ਉਹਨਾਂ ਦਾ, ਮੈਂ ਸੁਣ ਰਿਹਾ ਸੀ ਉਹਨਾਂ ਦੀ ਇੱਕ ਰਿਪੋਰਟ, ਉਹ ਕਹਿੰਦੇ 28,000 ਕਰੋੜ ਦੀ ਟੈਕਸ ਚੋਰੀ ਹੈ ਪੰਜਾਬ ਦੇ ਵਿੱਚ, ਤੇ 26,000 ਕਰੋੜ ਦਾ ਮਾਲੀ ਘੱਟ ਹੈ, ਤੇ ਇਹ ਤਾਂ ਕੱਟਣ ਇਮਾਨਦਾਰਾਂ ਦੀ ਸਰਕਾਰ ਹੈ, ਟੈਕਸ ਚੋਰੀ ਰੋਕ ਲੈ ਥੋੜ੍ਹਾ ਬਹੁਤ ਤਾਂ ਸ਼ਾਇਦ ਇਹਦੇ ਨਾਲ ਹੀ ਕਾਫੀ ਕੰਮ ਹੋ ਜਾਏ। ਤੇ ਜੇ ਉਹ ਟੈਕਸ ਚੋਰੀ ਆਪਾਂ ਚੀਮੇ ਉਹਨਾਂ ਦਾ ਦੇਖਿਆ,
ਹਰਪਾਲ ਸਿੰਘ ਚੀਮਾ ਨੇ ਕਿਹਾ ਸੀ ਕਿ ਕੁਝ ਫਰਮਾਂ ਫੜੀਆਂ ਨੇ, ਉਹਨਾਂ ਨੇ ਟੈਕਸ ਨਹੀਂ ਸੀ ਦਿੱਤਾ ਸੀ ਇੰਨਾ, ਤਾਂ ਕੁਝ ਫਰਮਾਂ ਦਾ ਤਾਂ ਮਾਮਲਾ ਨਹੀਂ ਹੋਏਗਾ, ਤਾਂ ਸਾਰੇ ਕਿਤੇ ਮਾਮਲਾ ਹੋਏਗਾ। 28,000 ਕਰੋੜ ਤਾਂ ਬਹੁਤ ਵੱਡੀ ਅਮਾਊਂਟ ਹੁੰਦੀ ਹੈ, ਉਹਨੂੰ ਕਿਵੇਂ ਪਲੱਗ ਕਰਦੇ ਨੇ ਇਹਨਾਂ ਚੀਜ਼ਾਂ ਨੂੰ, ਔਰ ਉਹ ਡਿਸਿਪਲਿਨ ਜਿਹੜਾ ਵਿੱਤੀ ਅਨੁਸ਼ਾਸਨ ਦਾ ਸਵਾਲ ਹੈ, ਇਹ ਲੋਕਾਂ ਨਾਲ ਸ਼ੇਅਰ ਜਿੰਨਾ ਜ਼ਿਆਦਾ ਕਰਨਗੇ ਉਨਾ ਸ਼ਾਇਦ ਉਹ ਮਾਮਲਾ ਹੱਲ ਹੋਏਗਾ, ਨਹੀਂ ਤਾਂ ਫਿਰ ਪਟਾਕਾ ਪੈਂਦਾ। ਕਹਿੰਦੇ ਜੇ ਆਲੇ ਦੁਆਲੇ ਨਾ ਦੇਖੋ ਜਾਂ ਤੁਸੀਂ ਆਪਣੀਆਂ ਐਕਸਪਰਟ ਏਜੰਸੀਆਂ ਦੇ ਵੀ ਨਾ ਸੁਣੋ, ਕੈਗ ਦੀ ਵੀ ਨਾ ਸੁਣੋ, ਉਹਦਾ ਤਾਂ ਤੁਹਾਡੇ ਨਾਲ ਕੋਈ ਵਿਰੋਧ ਨਹੀਂ ਨਾ, ਵੈਸੇ ਉਹ ਤਾਂ ਇੱਕ ਡਾਕੂਮੈਂਟ ਤੁਹਾਡੇ ਸਾਹਮਣੇ ਰੱਖਦਾ ਭਾਈ ਤੁਹਾਡੀ ਆਹ ਸਥਿਤੀ ਹੈ, ਉਹਦੇ ਤੋਂ ਸਿੱਖ ਕੇ ਕੁਝ ਗੱਲਾਂ ਤਾਂ ਖੁਦ ਕਦਮ ਤਾਂ ਉਠਾਉਣੇ ਚਾਹੀਦੇ ਨੇ ਪੰਜਾਬ ਸਰਕਾਰ ਨੂੰ, ਜੇ ਪੰਜਾਬ ਨੂੰ ਬਚਾਉਣਾ ਹੈ, ਪੰਜਾਬ ਨੂੰ ਠੀਕ ਰਾਹ ਤੋਰਨਾ। ਸਰ ਹਰਮੀਤ ਸਿੰਘ ਜੀ, ਮੈਂ ਜਦੋਂ ਤੁਸੀਂ ਇਹ ਗੱਲ ਕਰ ਰਹੇ ਸੀ ਨਾਲ ਨਾਲ ਇੱਕ ਖਬਰ ਤੇ ਵੀ ਜਾ ਰਿਹਾ ਸੀਗਾ, ਔਰ ਵਿਧਾਨ ਸਭਾ 'ਚ ਵੀ ਕੱਲ੍ਹ ਇਹ ਮਾਮਲਾ ਉੱਠਿਆ, ਪੰਜਾਬ ਦੇ ਵਿੱਚ ਕੋਈ ਬਾਇਓਗੈਸ ਪਲਾਂਟ ਲੱਗ ਰਹੇ ਨੇ ਔਰ ਇਹਨੇ ਪਰਾਲੀ ਦੇ ਉੱਤੋਂ ਔਰ ਖਾਸ ਤੌਰ ਤੇ ਪਸ਼ੂਆਂ ਦਾ ਮਲ, ਇਹ ਜਿਹੜਾ ਸਾਰਾ ਕੁਛ ਆ, ਇਹਦੇ ਤੋਂ ਗੈਸ ਬਣਨੀ ਹੈ, ਬਾਇਓਮਾਸ ਦੇ ਪਲਾਂਟ ਕਾਫੀ ਜ਼ਿਆਦਾ ਲੱਗ ਰਹੇ ਆ ਔਰ ਇਹਦਾ ਵਿਰੋਧ ਕਿਸਾਨ ਜਥੇਬੰਦੀਆਂ ਕਰ ਰਹੀਆਂ, ਪਿੰਡਾਂ ਵਾਲੇ ਕਰ ਰਹੇ ਆ। ਤੁਹਾਨੂੰ ਲੱਗਦਾ ਨਹੀਂ ਕਿ ਪੰਜਾਬ ਦੇ ਵਿੱਚ ਖੇਤੀ ਦੇ ਆਧਾਰਿਤ ਜਿਹੜੇ ਕਾਰਖਾਨੇ ਲੱਗਣੇ ਆ, ਕੁਝ ਤਾਂ ਇਹਦੀ ਜਿਹੜੀ ਪ੍ਰੋਡਿਊਸ ਆ ਜਿਹੜੀ ਫਲਾਂ ਦੇ ਰੂਪ ਵਿੱਚ ਹੈ ਜਾਂ ਇਹਦੀ ਫਸਲ ਦੇ ਰੂਪ ਵਿੱਚ ਹੈ ਜਾਂ ਜਿਹੜੇ ਸਹਾਇਕ ਧੰਦਿਆਂ ਨਾਲ ਜੁੜੇ ਨੇ, ਦੂਜਾ ਜਿਹੜੀ ਦੀ ਵੇਸਟ ਨਾਲ ਜੁੜੇ ਆ, ਜਿੱਥੇ ਸੁਪਰੀਮ ਕੋਰਟ NGT ਲਗਾਤਾਰ ਸੁਣਵਾਈਆਂ ਦੇ ਵਿੱਚ ਆ, ਜਿੱਥੇ ਆਣ ਕੇ ਪੰਜਾਬ ਹਰ ਸਾਲ ਘਿਰ ਜਾਂਦਾ ਵੀ ਇੱਥੇ ਤਾਂ ਪ੍ਰਦੂਸ਼ਣ ਬੜਾ ਹੁੰਦਾ, ਜੇ ਪਲਾਂਟ ਲੱਗ ਰਹੇ ਨੇ ਇਹਨਾਂ ਦਾ ਵਿਰੋਧ ਤਰਕ ਸੰਗਤ ਕਿੰਨਾ ਹੈ। ਇਹਦੇ ਵਿੱਚ ਕੱਲ ਇਆਲੀ ਨੇ ਵੀ ਇਹ ਮਾਮਲਾ ਉਠਾਇਆ ਹੈਗਾ ਔਰ ਹੋਰ ਵੀ ਕੁਝ MLAs ਨੇ ਉਠਾਇਆ, ਪਿੰਡਾਂ ਦੇ ਲੋਕ ਬੈਠੇ ਆ, ਨਵਾਂ ਮੋਰਚਾ ਲੱਗਣ, ਜਗਰਾਓਂ ਵਾਲੀ ਸਾਈਡ ਤੇ ਤੁਸੀਂ ਜਾਓ, ਹੋਰ ਵੀ ਕਈ ਥਾਵਾਂ ਤੇ ਭੋਗਪੁਰ ਵੱਲ ਆ, ਮੇਰੇ ਖਿਆਲ 50 ਦੇ ਕਰੀਬ ਬਾਇਓਮਾਸ ਆਧਾਰਿਤ ਪਲਾਂਟ ਹੈਗੇ ਨੇ। ਸੋ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਜਾ ਕੇ ਸਾਨੂੰ ਗੱਲਬਾਤ ਵਿੱਚ ਆਉਣਾ ਚਾਹੀਦਾ? ਸਾਡੀਆਂ ਕਿਸਾਨ ਜਥੇਬੰਦੀਆਂ ਦੇ ਵੱਡੇ ਆਗੂ ਜਿਨ੍ਹਾਂ 'ਚ ਉਗਰਾਹਾਂ ਸਾਹਿਬ ਨੇ ਜਾਂ ਉਧਰਲੇ ਬੰਨੇ ਰਾਜੇਵਾਲ ਉਹਨਾਂ ਦੇ ਸਾਰੇ ਧੜੇ ਨੇ, ਇਹਨਾਂ ਨੂੰ ਇਹਦੇ ਵਿੱਚ ਆ ਕੇ ਡਿਵੈਲਪਮੈਂਟ ਦਾ ਕੋਈ ਮਾਡਲ ਤਾਂ ਉਸਾਰਨਾ ਪਊਗਾ, ਹਰ ਜਗ੍ਹਾ ਵਿਰੋਧ ਨਾਲ ਕਿਵੇਂ ਸਰ ਜਾਊਗਾ? ਗੱਲਬਾਤ 'ਚ ਤਾਂ ਆਉਣਾ ਚਾਹੀਦਾ, ਉਹਨਾਂ ਲੋਕ ਪਿੰਡਾਂ ਦੇ ਲੋਕਾਂ ਦੇ ਆਪਣੇ ਤਰਕ ਹੋ ਸਕਦੇ ਆ, ਉਹਨਾਂ ਦੀਆਂ ਆਪਣੀਆਂ ਸ਼ਿਕਾਇਤਾਂ ਹੋ ਸਕਦੀਆਂ, ਦੂਰ ਕੀਤੀਆਂ ਜਾ ਸਕਦੀਆਂ, ਜਿਹੜਾ ਕੋਈ ਨੁਕਸਾਨ ਹੈ ਉਹਦੀ ਕਿਸ ਤਰੀਕੇ ਨਾਲ ਆਪਾਂ ਘੱਟ ਤੋਂ ਘੱਟ ਮਿਨੀਮਾਈਜ਼ ਕਰ ਸਕਦੇ ਹਾਂ, ਜਾਂ ਬਿਲਕੁਲ ਹੀ ਕੋਈ ਵਾਤਾਵਰਣ ਗੰਧਲਾ ਨਾ ਹੋਵੇ, ਕੋਈ ਤਰੀਕੇ ਹੋਣਗੇ। ਸੋ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਵਿਕਾਸ ਦਾ ਮਾਡਲ ਇੱਕ ਵਾਰੀ ਫਿਰ ਰੀਵਿਜ਼ਿਟ ਹੋਣਾ ਚਾਹੀਦਾ, ਇੱਕ ਵਾਰੀ ਦੁਬਾਰਾ ਪ੍ਰਭਾਸ਼ਿਤ ਹੋਣਾ ਚਾਹੀਦਾ? ਵਿਰੋਧ 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 ਕਿੱਥੋਂ ਤੱਕ ਜਾਏਗਾ? ਨਹੀਂ, ਰੌਲਾ ਹੀ ਇਹ ਹੈ ਕਿ ਵਨ ਸਾਈਡਡ ਚੀਜ਼ਾਂ ਨੇ, ਤੁਸੀਂ ਥਾਂ ਅਲਾਟ ਕਰਦੇ ਹੋ ਬਿਨਾਂ ਰਾਏ ਕੀਤੇ। ਪਹਿਲਾਂ ਤਾਂ ਐਕਟ ਦੇ ਵਿੱਚ ਹੀ ਇਹ ਪ੍ਰੋਵੀਜ਼ਨ ਹੈ ਕਿ ਪਬਲਿਕ ਹੀਅਰਿੰਗ ਤੋਂ ਬਿਨਾਂ ਤੁਸੀਂ NOC ਨਹੀਂ ਦੇ ਸਕਦੇ। ਪਬਲਿਕ ਹੀਅਰਿੰਗ ਦਾ ਆਟੋਮੈਟਿਕਲੀ ਹੈ, ਜਿਹੜੇ ਪਿੰਡ 'ਚ ਲੱਗਦਾ ਉਹ ਲੋਕਾਂ ਨੂੰ ਇਕੱਠੇ ਕਰਕੇ ਤੁਸੀਂ ਦੱਸੋਗੇ ਭਾਈ ਆਹ ਇਹਦੀ ਚੀਜ਼ ਆ, ਆਹ ਇਹਦੇ 'ਚ ਹੋਊਗਾ, ਆਹ ਤੁਹਾਡੇ ਨਾਲ ਕਮਿਟਮੈਂਟ ਹੈ ਅਤੇ ਆਹ ਚੀਜ਼ਾਂ ਹੋਣਗੀਆਂ। ਦੋ ਗੱਲਾਂ ਇਹਦੇ 'ਚ ਬਹੁਤ ਕਲੀਅਰ ਨੇ ਸਾਡੇ ਵਰਗੇ ਸੂਬੇ 'ਚ, ਜਿਵੇਂ ਜੀਰਾ ਫੈਕਟਰੀ ਵਾਲੇ ਸੀ, ਉਹ ਕਹਿੰਦੇ ਸਾਨੂੰ ਕੁਝ ਹੋਰ ਕਹਿ ਕੇ ਫੈਕਟਰੀ ਲਾਈ ਗਈ ਸੀ, ਪਰ ਉਹਦੇ 'ਚ ਬਣਨ ਕੁਝ ਹੋਰ ਲੱਗ ਗਿਆ, ਉਹਨੇ ਸਾਡਾ ਪਾਣੀ ਨੈਸ਼ਨਲ ਲੈਵਲ ਦਾ ਜਿਹੜਾ ਪੋਲੂਸ਼ਨ ਕੰਟਰੋਲ ਬੋਰਡ ਹੈ ਉਹਨੇ ਸਾਬਤ ਵੀ ਕਰਤਾ ਕਿ ਹਾਂ ਇਹਨਾਂ ਪਿੰਡਾਂ ਦਾ ਪਾਣੀ ਖਰਾਬ ਹੋ ਗਿਆ ਬਿਲਕੁਲ। ਉਹਨੇ 11 ਤੋਂ ਜ਼ਿਆਦਾ ਟਿਊਬਵੈਲ ਲੱਭ ਤੇ ਅੰਦਰ, ਜਿਹੜੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੂੰ ਲੱਭੇ, ਸੈਂਟਰਲ ਟੀਮ ਨੂੰ ਲੱਭ ਗਏ ਕਿ ਟਿਊਬਵੈਲ ਜਿਹਦਾ ਤੇ ਹੇਠਾਂ ਪਾਣੀ ਪਾਇਆ ਜਾਂਦਾ ਅੰਦਰ ਇਹ ਕਿਤੇ ਕਿਤੇ ਕੀਤੇ ਹੋਏ ਨੇ ਕਿ ਉਹਨਾਂ ਦਾ ਪਾਣੀ ਧਰਤੀ ਦੇ ਹੇਠਾਂ ਪਾਇਆ ਜਾ ਰਿਹਾ ਜਿਹੜਾ ਗੰਦਾ। ਇਹ ਇੱਕ ਤਾਂ ਬਹੁਤ ਬੜਾ ਕੁਐਸਚਨ ਹੈ ਬੇਭਰੋਸਗੀ ਦਾ, ਸਾਡੇ ਉਦਯੋਗਪਤੀ, ਸਾਡਾ ਪ੍ਰਸ਼ਾਸਨ ਤੇ ਸਾਡੀ ਸਰਕਾਰ ਜਿਹੜੀ ਕਮਿਟਮੈਂਟ ਕਰਦੀ ਹੈ ਉਹਨੂੰ ਰੂਲਸ ਰੈਗੂਲੇਸ਼ਨ ਦੇ ਨਾਲ ਨਾਲ ਚਲਾਉਂਦੇ ਨੇ। ਇਹ ਬਹੁਤ ਬੜਾ ਸੰਕਟ ਹੈ ਜਿਹੜਾ ਬੇਭਰੋਸਗੀ ਦਾ ਸੰਕਟ ਹੈ, ਕਿ ਜੇ ਉਹ ਸਾਰੇ ਰੂਲ ਰੈਗੂਲੇਸ਼ਨ ਜੇ ਹੋਣ ਤਾਂ ਸ਼ਾਇਦ ਕਾਫੀ ਹੱਦ ਤੱਕ ਘੱਟ ਸਕਦਾ ਉਹਦਾ ਜਿਹੜਾ ਨੁਕਸਾਨ ਹੈ। ਪਰ ਦੂਜੀ ਗੱਲ ਬਿਲਕੁਲ ਡਿਵੈਲਪਮੈਂਟ ਦਾ ਮਾਡਲ ਜਿਹੜਾ ਪੰਜਾਬ ਹੁਣ ਕਿਹੜੀਆਂ ਗੱਲਾਂ ਤੋਂ ਤਰਸਦਾ ਹੈ? ਪੰਜਾਬ ਦੇ ਲੋਕ ਇਹ ਕਹਿ ਰਹੇ ਨੇ ਕਿ ਅਸੀਂ ਪ੍ਰਦੂਸ਼ਣ ਕਰਕੇ ਪੰਜਾਬ ਦੇ
ਮਾਲਵੇ 'ਚ ਖਾਸ ਤੌਰ 'ਤੇ, ਵੈਸੇ ਤਾਂ ਇੱਧਰ ਤਰਨ ਤਾਰਨ 'ਚ ਵੀ ਲਗਭਗ ਓਨੇ ਹੀ ਮਰੀਜ਼ ਆ ਰਹੇ ਨੇ। ਅੱਜ ਕੱਲ੍ਹ ਕਾਲਾ ਪੀਲੀਆ ਅਤੇ ਕੈਂਸਰ ਦੇ ਮਰੀਜ਼ ਬੇਹੱਦ ਵੱਧ ਰਹੇ ਨੇ, ਔਰ ਉਹਨਾਂ ਨੂੰ ਲੱਗਦਾ ਜਿਹੜੇ ਬੰਦੇ ਵਿਰੋਧ ਕਰਦੇ ਸਾਰੇ, ਜਾਂ ਜਿਹੜੇ ਉਹਦੇ ਵਿੱਚ ਕਾਫ਼ੀ ਜ਼ਿਆਦਾ ਨੋਨ ਸਾਇੰਟਿਸਟ ਟਾਈਪ ਵੀ ਬੰਦੇ ਨੇ, ਹੋਰ ਵੀ ਬੰਦੇ ਨੇ, ਅਤੇ ਇਹ ਜਿਹੜਾ ਬਾਇਓਗੈਸ ਦਾ ਸਾਰਾ ਮਾਮਲਾ ਹੈ ਉਹਦੇ 'ਚ ਉਹ ਜਾ ਕੇ ਦਿਖਾ ਕੇ ਆਏ ਨੇ। ਕਈ 38 ਗੌਰਮੈਂਟ ਆਫ ਇੰਡੀਆ ਨੇ ਪੰਜਾਬ ਨੂੰ ਅਲੋਟ ਕੀਤੇ ਹੋਏ ਨੇ, ਇਹ ਕਾਫ਼ੀ ਦੇਰ ਦੀ ਗੱਲ ਹੈ। ਨੋਰਮਲੀ ਇਹ ਨਾ ਗੋਬਰ ਗੈਸ ਟਾਈਪ ਸਟਾਈਲ ਦੇ ਹੀ ਨੇ ਜਿਵੇਂ ਚੀਜ਼ਾਂ ਆਪਾਂ ਦਿੰਦੇ ਹਾਂ, ਉਹਦੇ 'ਚ ਕਈ ਸੀਰਾ ਵੀ ਵਰਤਦੇ ਨੇ, ਕਈ ਹੋਰ ਚੀਜ਼ਾਂ ਵਰਤਦੇ ਨੇ। ਉਹ ਤਾਂ ਜਿਹੜੇ ਹਮੀਰਾ ਫੈਕਟਰੀ ਕੋਲੋਂ ਲੰਘਦੇ ਨੇ, ਸੀਰੇ ਦੀ ਬਦਬੂ ਤਾਂ ਸਭ ਨੂੰ ਦਿੰਦੀ ਹੈ ਕਿ ਉਹਦੀ ਆਉਂਦੀ ਹੈ ਨੇੜੇ, ਜਿੱਥੇ ਆਬਾਦੀ ਹੁੰਦੀ ਹੈ ਅਤੇ ਉਹ ਦਿਖਾਈ ਦਿੰਦੀ ਹੈ ਉਸ ਪੱਧਰ 'ਤੇ। ਕੋਈ ਟ੍ਰੀਟਮੈਂਟ ਪਲਾਂਟ ਉਹ ਜਿਹਾ ਨਹੀਂ ਬਣਿਆ ਫਿਲਹਾਲ, ਔਰ ਉਹਨਾਂ ਨੂੰ ਜਾਂ ਤਾਂ ਇੱਕ ਤਰੀਕਾ ਕਰਨਾ ਚਾਹੀਦਾ, ਕਿਉਂਕਿ ਪੰਜਾਬ ਦੀ ਸੰਘਣੀ ਆਬਾਦੀ ਹੈ ਅਤੇ ਸੰਘਣੀ ਇਹ ਬਹੁਤ ਪਿੰਡਾਂ ਦੇ ਨੇੜੇ ਨੇ, ਬਾਕੀ ਸਟੇਟਾਂ 'ਚ ਪ੍ਰੋਬਲਮ ਨਹੀਂ ਆਉਂਦੀ, ਥੋੜ੍ਹਾ ਜਿਹਾ ਦੂਰ ਲੱਗ ਜਾਂਦੇ ਨੇ ਆਬਾਦੀ ਤੋਂ ਅਤੇ ਉਹਨਾਂ ਨੇੜੇ ਐਂ ਡਾਇਰੈਕਟਲੀ ਤੁਹਾਨੂੰ ਉਹ ਜਿਹੜਾ ਪਿੰਚ ਕਰਦੇ ਜਿਹੜੀਆਂ ਚੀਜ਼ਾਂ ਨੇ, ਉੱਥੇ ਬੇਹੱਦ ਬੈਠ ਕੇ ਗੱਲ ਕਰਨੀ ਪਏਗੀ ਕਿ ਕੀ ਕਰਨੀ। ਦੂਜੀ ਗੱਲ ਇੱਕ ਹੋਰ ਹੈ ਅਤੇ ਜਿਹੜਾ ਅਸੀਂ ਕਹਿੰਦੇ ਅਸੀਂ ਝੋਨੇ ਤੋਂ ਖਹਿੜਾ ਛਡਾਉਣਾ ਅਤੇ ਬਾਕੀ ਹੈ, ਸਾਰੀ ਟੈਕਨੋਲੋਜੀ ਝੋਨਾ ਵੇਸਟ ਲਾ ਰਿਹਾ ਜਿੱਥੇ ਵੀ ਲਾ ਰਿਹਾ, ਪਰਾਲੀ ਕਿਉਂਟਣੀ ਹੈ ਜੀ, ਬਾਕੀ ਕਰਨਾ ਹੈ ਜੀ, ਜਿਹੜੀਆਂ ਚੀਜ਼ਾਂ ਨੇ ਅਸੀਂ ਡਾਇਵਰਸੀਫਾਈ ਕਰਨ ਦੇ ਲਈ ਉਹ ਇੰਡਸਟਰੀ ਕਿਉਂ ਨਹੀਂ ਲਾ ਰਹੇ ਜਿਹੜੀ ਹੋਰ ਵਰਤੋਂ 'ਚ ਆਵੇ, ਲੋਕ ਉੱਧਰ ਨੂੰ ਜਾਣ, ਉਹ ਫਸਲਾਂ 'ਚ ਕੀਆ ਜਾਣ, ਉਸ ਪਾਸੇ ਵੱਲ ਸਗੋਂ ਝੋਨੇ ਤੋਂ ਖਹਿੜਾ ਛੁੱਟੇ, ਸਾਡਾ ਪਾਣੀ ਵੀ ਬਚੂਗਾ, ਉਹ ਡਾਇਰੈਕਸ਼ਨ ਵੱਲ ਸੋਚਿਆ ਜਾਣਾ ਚਾਹੀਦਾ ਓਵਰਆਲ ਕੋਈ ਰਿਸਰਚ। ਜਿਵੇਂ ਸਰ ਜੀ ਉਹਦੇ ਉੱਤੇ ਤਾਂ ਗੱਲ ਹੋਣੀ ਚਾਹੀਦੀ ਹੈ, ਪਰ ਮੈਨੂੰ ਲੱਗਦਾ ਕਿ ਕਿਉਂਕਿ ਤੁਸੀਂ ਵੀ ਮੈਂ ਵੀ ਪਿੰਡ ਤੋਂ ਆਉਂਦੇ ਹਾਂ, ਏਡੀ ਛੇਤੀ ਝੋਨੇ 'ਚੋਂ ਕਿਸਾਨ ਨੇ ਨਿਕਲਣਾ ਨਹੀਂ, ਇਹ ਬਚਵੀਂ ਫਸਲ ਹੈ, ਇਹਦੇ ਉੱਤੇ MSP ਸਰਕਾਰ ਨੇ ਦਿੰਦੇ ਰਹਿਣਾ ਕੇਂਦਰ ਨੇ, ਕਿਉਂਕਿ ਉਹਨਾਂ ਦੀ ਅਨਸਰ ਦੀ ਲੋੜ ਆ, ਉਹਨਾਂ ਨੂੰ ਚਾਹੀਦਾ ਹੀ ਚਾਹੀਦਾ। ਸੋ ਸਾਨੂੰ ਜਿਹੜਾ ਇਹਦਾ ਵੇਸਟ ਆ, ਜੇ ਪਰਾਲੀ ਦਾ ਰੌਲਾ ਪੈਂਦਾ, ਜੇ ਕੁਛ ਹੋ ਰਿਹਾ, ਮੈਂ ਕਹਿੰਦਾ ਕਿ ਐਕਸੈਪਸ਼ਨ ਹੋ ਸਕਦੀ ਜੀਰਾ, ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਆ ਪਿੰਡਾਂ ਵਾਲੇ ਨੇ, ਉਹ ਸੰਬੰਧਿਤ ਫੈਕਟਰੀ ਵਾਲਿਆਂ ਨਾਲ ਜਾਂ ਪੋਲਿਊਸ਼ਨ ਬੋਰਡ ਨਾਲ ਰਲ ਕੇ ਬੈਠ ਕੇ ਜਿਹੜੇ ਮਸਲੇ ਨਿਪਟਾਉਣ ਵੱਲ ਕਿਉਂ ਨਹੀਂ ਚੱਲਦੇ, ਜਾਂ ਇਹ ਬਹਿੰਦੇ ਨਹੀਂ ਆਪਸ ਵਿੱਚ, ਜਾਂ ਸਰਕਾਰ ਮਿਡਲਮੈਨ ਦਾ ਰੋਲ ਪਲੇ ਕਿਉਂ ਨਹੀਂ ਕਰਦੀ। ਮੇਰਾ ਮਤਲਬ ਹੈ ਕਿ ਜੇਕਰ ਸਾਨੂੰ ਇਹ ਉਹਨਾਂ ਦਿਨਾਂ ਦੇ ਵਿੱਚ 5-7 ਦਿਨ ਲਈ ਪੂਰੇ ਦਾ ਪੂਰਾ ਅਸਮਾਨ ਹੀ ਸਾਡਾ ਧੂੰਏ ਨਾਲ ਭਰ ਜਾਂਦਾ, ਇਹ 'ਚ ਕੋਈ ਮੁਨਕਰ ਹੋਣ ਵਾਲੀ ਗੱਲ ਨਹੀਂ, ਅੱਜ ਕੱਲ੍ਹ ਹਾਦਸੇ ਵੀ ਬੜੇ ਵਾਪਰੇ, ਸੰਘਣਾ ਧੂੰਆਂ ਹੋ ਜਾਂਦਾ। ਇਹਨਾਂ ਜੇ ਪਲਾਂਟਾਂ ਨੂੰ ਜੇਕਰ ਥੋੜਾ ਜਿਹਾ ਤਰਕਸੰਗਤ ਤਰੀਕੇ ਨਾਲ, ਜੇ ਇਹਦੇ ਵਿੱਚੋਂ ਜਿੰਨਾ ਵੀ ਪਾਣੀ ਦਾ ਮਾਮਲਾ ਹੋਵੇ, ਬਦਬੂ ਦਾ ਮਾਮਲਾ ਹੋਵੇ, ਜੇ ਐਡਰੈਸ ਕਰ ਲਿਆ ਜਾਵੇ, ਕੋਈ ਤਰੀਕਾ ਹੋਵੇ, ਤੁਹਾਨੂੰ ਲੱਗਦਾ ਨਹੀਂ ਵੀ ਟੇਬਲ ਤੇ ਬੈਠਣਾ ਚਾਹੀਦਾ ਬਜਾਏ ਇਹਦੇ ਕਿ ਸਿੱਧਾ ਨਾ ਕਿ ਆਪਾਂ ਦੇਣਾ? ਇੱਕ ਤਾਂ ਇਹ ਗਲੋਬਲ ਪ੍ਰੋਬਲਮ ਹੈ ਅਮਰੀਕਾ ਦੀ, ਤਾਂ ਹੁਣ ਉਸ ਤੋਂ ਬਾਅਦ ਦੀ ਬੇਸਿਕ ਸਟੱਡੀ ਹੈ ਉਹ ਜਿਹੜੀ ਆਈ ਹੈ, ਪਰ ਫਿਰ ਵੀ ਜਿਹੜੀ ਸਰਕਾਰ ਹੈ ਉਹਨੂੰ ਮਿਲ ਬੈਠ ਕੇ ਇੱਕ ਮਾਡਲ ਤੇ ਵੀ ਸੋਚਣਾ ਚਾਹੀਦਾ ਤੇ ਉਹਨਾਂ ਦੀਆਂ ਗਰੀਵੈਂਸਾਂ 'ਚ ਹੱਲ ਕਰਕੇ ਕੋਈ ਕੰਪੈਕਟ ਫੈਸਲਾ ਹੋਵੇ, ਸ਼ਾਇਦ ਉਧਰ ਨੂੰ ਗੱਲ ਤੁਰ ਸਕਦੀ ਹੈ, ਨਹੀਂ ਤਾਂ ਫਿਰ ਉਹ ਟਕਰਾਅ ਹੀ ਰਹਿਣਗੇ, ਟਕਰਾਵਾਂ ਨਾਲ ਤਾਂ ਮਾਮਲੇ ਹੱਲ ਹੁੰਦੇ ਨਹੀਂ ਕਿਸੇ ਵੀ ਰੂਪ ਦੇ ਵਿੱਚ। ਜੀ ਜੀ, ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਚਾਹੀਦਾ ਉਹ ਇਨੀਸ਼ੀਏਟ ਕਰਨ, ਔਰ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਵੀ, ਤੇ ਜਿਹੜੇ ਲੋਕ ਇੱਥੇ ਪ੍ਰੋਜੈਕਟ ਲਾ ਰਹੇ ਆ ਉਹਨਾਂ ਦੀਆਂ ਵੀ ਮੁਸ਼ਕਲਾਂ, ਕਿਉਂਕਿ ਬਹੁਤ ਸਾਰੀਆਂ ਪ੍ਰਵਾਨਗੀਆਂ ਤੋਂ ਬਾਅਦ ਇਹ ਪ੍ਰੋਜੈਕਟ ਲੱਗਣ ਵਾਲੇ ਪਾਸੇ ਗੱਲ ਵਧੀ ਸੀ। ਮੈਂ ਰਿਪੋਰਟ ਦੇਖ ਰਿਹਾ ਸੀ ਇੱਕ ਕਿ ਇਹਨਾਂ ਨੂੰ ਸਾਰੇ ਜਿੰਨੇ ਵੀ ਪਹਿਲੂ ਸੀਗੇ ਸਰਕਾਰੀ ਪੱਧਰ ਤੇ ਉਹ ਪੜਾਅ ਸਾਰੇ ਪਾਰ ਕਰਕੇ ਪ੍ਰਵਾਨਗੀਆਂ ਮਿਲੀਆਂ ਨੇ, ਤੇ ਜੇ ਕਿਧਰੇ ਕੋਈ ਗਲਤ ਪ੍ਰਵਾਨਗੀਆਂ ਦਿੱਤੀਆਂ ਨੇ ਤਾਂ ਸੰਬੰਧਿਤ ਅਧਿਕਾਰੀਆਂ ਨੂੰ ਵੀ ਕਟਹਿਰੇ 'ਚ ਖੜਾ ਕੀਤਾ ਜਾਵੇ ਔਰ ਇਹਨਾਂ ਨੂੰ ਚੱਲਣ ਦਿੱਤਾ ਜਾਵੇ ਜੇਕਰ ਇਹ ਨੋਰਮਸ ਦੇ ਉੱਤੇ ਪੂਰੇ ਉਤਰਦੇ ਨੇ। ਪੰਜਾਬ ਦੇ ਵਿੱਚ ਸਾਨੂੰ ਕੋਈ ਨਾ ਕੋਈ ਪ੍ਰਬੰਧ ਤਾਂ ਚਲਾਉਣਾ ਪਊਗਾ, ਅਦਰਵਾਈਜ਼ ਇਨਵੈਸਟਮੈਂਟ ਦੇ ਨਾਂ ਤੇ ਕੁਛ ਨਹੀਂ ਆਊਗਾ। ਹੁਣ ਤਾਂ ਕੈਨੇਡਾ ਵੀ ਮੂੰਹ ਫੇਰ ਗਿਆ, ਉਹ ਮਨਾ ਕਰੀ ਜਾਂਦੇ ਨੇ, ਸਾਡੇ ਬੱਚੇ ਕਿੱਧਰ ਜਾਣਗੇ, ਬੱਚਿਆਂ ਨੂੰ ਇੱਥੇ ਵੀ ਰੁਜ਼ਗਾਰ ਚਾਹੀਦੇ ਨੇ ਔਰ ਸਰਕਾਰ ਦੇਣ ਤੋਂ ਸਮਰੱਥ ਆ, ਪ੍ਰਾਈਵੇਟ ਸੈਕਟਰ ਦੇ ਵਿੱਚ ਹੀ ਤਨਖਾਹਾਂ ਮਿਲ ਸਕਣਗੀਆਂ। ਮੈਂ ਸਾਹ ਹਮੀਰ ਸਿੰਘ ਜੀ ਅਗਲੇ ਮਾਮਲੇ ਵੱਲ ਜਾਣਾ, ਕਿਸਾਨੀ ਦੀ ਗੱਲ ਹੋ ਰਹੀ ਹੈ, ਟਕਰਾਅ ਦੀ ਗੱਲ ਹੋ ਰਹੀ, ਅੰਦੋਲਨਾਂ ਦੀ ਹੋ ਰਹੀ ਹੈ, ਤਾਂ ਉਗਰਾਹਾਂ ਤੁਹਾਡਾ ਕਾਫੀ ਲਾਮ ਲਸ਼ਕਰ ਨਾਲ ਬੈਠਾ ਹੋਇਆ 34 ਸੈਕਟਰ 'ਚ, ਔਰ ਅੱਜ ਮੁੱਖ ਮੰਤਰੀ ਨੇ 3 ਵਜੇ ਉਹਨਾਂ ਨੂੰ ਮਿਲਣ ਦਾ ਸਮਾਂ ਦਿੱਤਾ,
ਉਹਨਾਂ ਨੇ ਜੋ ਪ੍ਰਸਤਾਵਿਤ ਅੰਦੋਲਨ ਸੀਗਾ ਰੱਖਿਆ, ਮੋਰਚਾ ਲਾਇਆ ਸੀ, ਉਹ ਅੱਜ ਤੱਕ ਸੀ, ਪੰਜ ਤੱਕ ਅੱਜ ਹੀ ਫੈਸਲਾ ਹੋਣਾ ਕਿ ਉਹ ਪੱਕੇ ਬੈਠਣਗੇ ਜਾਂ ਚਲੇ ਜਾਣਗੇ। ਪੰਜਾਬ ਦੀ ਖੇਤੀ ਨੀਤੀ ਤੇ ਤੁਸੀਂ ਕਾਫੀ ਸਟੱਡੀ ਕੀਤੀ ਆ, ਤੁਸੀਂ ਤਾਂ ਉਹਦਾ ਡਰਾਫਟ ਵੀ ਬਾਹਰ ਲਿਆ ਤਾ। ਹੁਣ ਮੈਂ ਤੁਹਾਡੇ ਤੋਂ ਜੇ ਇਹ ਸਮਝਾਂ ਕਿ ਮੁੱਖ ਮੰਤਰੀ ਕੱਲ ਕਹਿ ਰਹੇ ਸੀ ਸੈਸ਼ਨ ਦੇ ਅੰਦਰ ਕੁਝ ਹੋਰ ਹੀ, ਅੱਗੇ ਅਸੀਂ ਤਾਂ ਅਜੇ ਸਾਰੀਆਂ ਧਿਰਾਂ ਨਾਲ ਸਲਾਹ ਕਰਨੀ, ਫੇਰ ਲਿਆਵਾਂਗੇ, ਅੱਜ ਭਰੋਸਾ ਵੀ ਉੱਥੇ ਇਹੀ ਦੇਣਗੇ, ਜਾਂ ਉਹਨਾਂ ਨੂੰ ਕਹਿਣਗੇ ਵੀ ਆਓ ਮੀਟਿੰਗਾਂ ਕਰ ਲਈਏ, ਅਗਲੇ ਦਿਨਾਂ 'ਚ ਖੇਤੀ ਨੀਤੀ ਦਾ ਖਰੜਾ ਤੁਹਾਡੇ ਸਾਹਮਣੇ ਰੱਖ ਦੇਵਾਂਗੇ। ਕੀ ਕਹਿੰਦੇ ਹੋ? ਗੱਲ ਸਮਝ ਨਹੀਂ ਆਈ ਕਿ ਚੀਫ ਮਿਨਿਸਟਰ ਕਹਿ ਰਹੇ ਨੇ ਕਿ ਸਟੇਕ ਹੋਲਡਰਾਂ ਨਾਲ ਗੱਲ ਕਰਾਂਗੇ। ਉਹ ਤਾਂ ਪਾਲਿਸੀ 'ਚ ਤਾਂ ਉਹ ਕਹਿੰਦੇ ਅਸੀਂ ਦੁਨੀਆਂ ਭਰ ਦੇ ਲੋਕਾਂ ਨਾਲ ਗੱਲ ਕਰਨ ਲਈ ਸਟੇਕ ਹੋਲਡਰ ਤਾਂ ਦੱਸੋ। ਆਪੀ ਚੀਫ ਮਿਨਿਸਟਰ ਦੱਸ ਰਹੇ ਸੀ ਅਸੈਂਬਲੀ 'ਚ ਵੀ ਪਹਿਲਾਂ ਅਸੀਂ 15,000 ਕਿਸਾਨ ਇਕੱਠਾ ਕਰ ਲਿਆ, ਇੱਕ ਹਾਕ ਮਾਰਦੇ ਹਾਂ, ਗਾਜਰਾਂ ਵਾਲਿਆਂ ਨੂੰ ਗਾਜਰਾਂ ਵੱਲ ਤੋਰ ਦਿੰਦੇ ਹਾਂ, ਇੱਥੇ ਵਾਲਿਆਂ ਨੂੰ ਆਲੂ ਵਾਲਿਆਂ ਨੂੰ ਆਲੂਆਂ ਵੱਲ ਤੋਰ ਦਿੰਦੇ ਹਾਂ। ਇਹ ਸਮਝ ਨਹੀਂ ਆਈ ਕਿ 15,000 ਦੀ ਭੀੜ 'ਚ ਸਟੇਕ ਹੋਲਡਰ ਕਿਵੇਂ ਰਾਏ ਦੇਣਗੇ, ਕਿੰਨੇ ਬੰਦਿਆਂ ਦੀ ਪੁੱਛੀ ਜਾਊਗੀ। 15,000 ਨੂੰ ਤਾਂ ਜੇ ਇੱਕ ਇੱਕ ਸਕਿੰਟ ਆਊਗਾ ਤਾਂ ਕਿੰਨੇ ਦਿਨ ਚਾਹੀਦੇ ਨੇ ਰਾਏ ਲੈਣ ਲਈ। ਇਹ ਤਰੀਕਾ ਕਿਹੜਾ ਹੋਇਆ ਵੀ ਇੱਕ ਇਕੱਠ ਰੈਲੀ ਕਰ ਲਓ, ਸਟੇਜ ਤੋਂ ਆਪਦੇ ਭਾਸ਼ਣ ਦੇ ਦਿਓ, ਇੱਕ ਦੋ ਕਿਸਾਨ ਬੁਲਾ ਦਿਓ ਵੀ ਤੁਹਾਡੀ ਰਾਏ ਆ ਗਈ ਜਿਹੜੇ ਬਾਕੀ ਦੇ ਰਹੇ। ਇਹ ਤਰੀਕਾ ਹੀ ਨਹੀਂ ਸਮਝ ਆਇਆ ਮੈਨੂੰ। ਤਰੀਕਾ ਤਾਂ ਇਹ ਹੁੰਦਾ ਕਿ ਤੁਸੀਂ ਵੱਖ ਵੱਖ ਜਿਹੜੇ ਕਿਸਾਨ ਨੇ, ਇੱਕ ਤਾਂ ਪ੍ਰੋਗਰੈਸਿਵ ਫਾਰਮਰਜ਼ ਨੂੰ ਕਮੇਟੀ 'ਚ ਪਾਇਆ ਹੀ ਹੋਇਆ, ਜਿਹੜੀ 11 ਮੈਂਬਰੀ ਕਮੇਟੀ ਹੈ ਉਹਦੇ 'ਚ 2-3 ਬੰਦੇ ਉਹ ਵੀ ਨੇ। ਦੂਜਾ ਤੁਸੀਂ ਕੋਈ ਜਥੇਬੰਦੀਆਂ ਵਾਲਿਆਂ ਨੂੰ ਪਾ ਲਓ ਵਿੱਚ, ਤੇ ਉਹ ਬੈਠ ਕੇ ਚਰਚਾਵਾਂ ਤਾਂ ਕਰੋ ਨਾ ਵੀ ਆਹ ਚੀਜ਼ਾਂ ਆਹ ਚਾਹੀਦੀਆਂ ਨੇ, ਫੇਰ ਹੀ ਪਤਾ ਲੱਗੂ ਕਿ ਸਟੇਕ ਹੋਲਡਰ ਕੀ ਹੈ। ਤੇ ਇਦੋਂ ਅਗਲੀ ਗੱਲ ਇਹ ਹੈ ਫਿਰ ਉਹ ਫਾਈਨਲ ਕਹਿੰਦੇ ਅਜੇ ਉਦੋਂ ਬਾਅਦ ਕਰਾਂਗੇ, ਕੋਈ ਡੈਡਲਾਈਨ ਨਹੀਂ ਹੈ। ਤੇ ਉਹ ਰਿਪੋਰਟ ਐਨੀ ਛਪਵਾਤੀ ਫਿਰ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਹੈ, ਇੰਨਾ ਪੈਸਾ ਖਰਚ ਹੋਇਆ ਹੋਊ ਛਾਪਣ ਤੇ, ਇੰਨੀਆਂ ਮੀਟਿੰਗਾਂ ਹੋ ਜਾਣਗੀਆਂ, ਉਹਦੇ TADA ਪਏ ਹੋਣਗੇ, ਕੋਈ ਮੀਟਿੰਗ ਕਿਤੇ ਹੋਈ ਹੈ, ਕੋਈ ਕਿਤੇ ਹੋਈ ਹੈ, ਕੋਈ ਕਿਤੇ ਹੋਈ ਹੈ, ਉਹ ਪੈਸੇ ਦਾ ਕੀ ਬਣਿਆ ਜੀ। ਔਰ ਨਾਲ ਨਾਲ ਕਹੀ ਜਾਂਦੇ ਹੋ ਕਿ ਬਾਬੂਆਂ ਨੂੰ ਨੀ ਪਤਾ, ਬਾਬੂਆਂ ਨੂੰ ਫਿਰ ਬਾਬੂ ਬਣਾਏ ਕਿਉਂ ਸੀ? ਕਮੇਟੀ ਦੇ ਮੈਂਬਰ ਜੇ ਨਹੀਂ ਪਤਾ ਸੀ, ਇਹ ਤਾਂ ਤੁਹਾਡੇ ਕੋਲ ਅਥਾਰਟੀ ਸੀ, ਕਮੇਟੀ ਦੀ ਤਾਂ ਫਾਰਮੇਸ਼ਨ ਤੁਸੀਂ ਕਰੀਏ ਕੀ ਰਹੀ ਹੈ। ਹਾਲਾਂਕਿ ਬਾਬੂ ਨਹੀਂ ਬਣਾਏ, ਤੁਸੀਂ ਤਾਂ ਖੇਤੀ ਕਿਸਾਨ ਤੇ ਖੇਤੀ ਕਾਮੇ ਕਮਿਸ਼ਨ ਦਾ ਚੇਅਰਮੈਨ ਬਣਾਇਆ ਜਿਹੜਾ ਐਗਰੋ ਇਕਾਨਮਿਸਟ ਹੈ ਨਾ, ਉਹ ਹੈ। ਤੇ ਤੁਸੀਂ ਫਿਰ ਇਹਦਾ ਮਤਲਬ ਤਾਂ ਹਵਾ 'ਚ ਉਡਾਤੀ ਚੀਫ ਮਿਨਿਸਟਰ ਨੇ। ਜੇ ਅੱਜ ਮੀਟਿੰਗ ਹੋਊਗੀ ਇੱਕ ਕੰਮ ਤਾਂ ਕਰ ਹੀ ਲੈਣ ਉਹ, ਜੇ ਬਾਕੀ ਨੇ, ਮੈਂ ਤਾਂ ਵਿਧਾਨ ਸਭਾ 'ਚ ਹੀ ਕਰ ਦੇਣਾ ਚਾਹੀਦਾ ਸੀ। ਉਹ ਖਰੜੇ ਦੀ ਕਾਪੀ ਲੈ ਕੇ ਆਉਂਦੇ ਵੀ ਆਹ ਲਓ ਜੀ MLA ਨੂੰ ਵੰਡ ਦਿਓ, ਤੇ ਨਾਲ ਜੂਨੀਅਰਾਂ ਨੂੰ ਦੇ ਦਿੰਦੇ ਵੀ ਸਾਡੀ ਹੈਗੀ ਆਹ ਪਾਲਿਸੀ 15 ਦਿਨਾਂ 'ਚ, ਤੇ ਦੱਸੋ ਜੋ ਵੀ ਕਰਨਾ ਤੁਹਾਡੀ ਰਾਏ ਆ ਜੂਗੀ, ਉਦੋਂ ਬਾਅਦ ਅਸੀਂ ਗੱਲ। ਉਹ ਖਰੜਾ ਤਾਂ ਦਿਖਾ ਦਿਓ ਨਾ ਵੰਡ ਦਿਓ ਜਿਹੜਾ ਛਾਪਿਆ ਪਿਆ ਲੋਕਾਂ ਨੂੰ। ਅਜੇ ਉਹ ਇਹ ਤਾਂ ਨਹੀਂ ਮੰਨਿਆ ਜਾਊਗਾ ਕਿ ਸਰਕਾਰ ਦੀ ਪਾਲਿਸੀ ਹੈ, ਲੋਕ ਇਹੀ ਕਹਿਣਗੇ ਕਿ ਖਰੜਾ ਹੈ, ਖਰੜੇ ਤੇ ਹੀ ਵਿਚਾਰ ਕਰਨਗੇ। ਬਿਨਾਂ ਖਰੜੇ ਤੋਂ ਕੋਈ ਸਟੇਕ ਹੋਲਡਰ ਦੱਸੂਗਾ ਕੀ ਤੁਹਾਨੂੰ ਪਹਿਲਾਂ? ਜੇ ਉਹਦੇ ਕੋਲ ਕੋਈ ਡਾਕੂਮੈਂਟ ਹੀ ਨਹੀਂ, ਕੋਈ ਗੱਲ ਹੀ ਨਹੀਂ ਹੈ, ਤਾਂ ਕੀ ਦੱਸੂਗਾ ਤੁਹਾਨੂੰ ਬਿਨਾਂ ਪੜ੍ਹੇ? ਔਰ ਉਹ ਕੱਲਾ ਅੰਗਰੇਜ਼ੀ 'ਚ ਨਾ ਦਿਓ, ਉਹਨੂੰ ਨਾਲ ਪੰਜਾਬੀ 'ਚ ਕਰਕੇ ਵੰਡੋ ਕਿਸਾਨਾਂ ਵਾਸਤੇ ਜੀ। ਇੱਕ ਤਾਂ ਸਾਡੇ ਬਿਮਾਰੀ ਇਹ ਹੈ ਨਾ ਕਿ ਜਿਹੜੇ ਕਮੇਟੀਆਂ ਬਣਦੀਆਂ ਨੇ ਉਹ ਪਹਿਲਾਂ ਅੰਗਰੇਜ਼ੀ 'ਚ ਲਿਖਦੀਆਂ ਨੇ, ਫਿਰ ਟੁੱਟੀ ਫੁੱਟੀ ਪੰਜਾਬੀ 'ਚ ਕਰਾ ਲੈਂਦੀਆਂ ਨੇ, ਹੁਣ ਨਹੀਂ ਤਾਂ ਕਰਾਉਂਦੇ ਹੀ ਨਹੀਂ ਉਹ ਸਾਰੇ ਮਾਮਲੇ। ਇਹ ਚੀਜ਼ਾਂ ਨੂੰ ਵੀ ਦੇਖਣ ਵਾਲਾ ਜੇ ਅੱਜ ਦੀ ਮੀਟਿੰਗ 'ਚ ਨਾਲੇ ਉਗਰਾਹਾਂ ਗਰੁੱਪ ਦੀ ਰਹਿ ਜੂਗੀ, ਉਹ ਵੀ ਚੱਲ ਜਾਣਗੇ, ਉਹਨਾਂ ਨੂੰ ਖਰੜੇ ਦੀ ਕਾਪੀ ਦੇ ਕੇ ਫੋਟੋ ਖਿਚਾ ਕੇ ਸਵੇਰ ਨੂੰ ਖਬਰ ਛਪਵਾ ਦੇਣ ਚੀਫ ਮਿਨਿਸਟਰ ਸਾਹਿਬ ਵੀ, ਲਓ ਜੀ ਖਰੜਾ ਤਾਂ ਦਿੱਤਾ ਦੇ। ਹੁਣ ਇਹਨਾਂ ਦੇ ਸੁਝਾਅ ਆਪਾਂ ਮੰਗ ਲਏ, ਅਗਲੇ ਮਹੀਨੇ ਤੱਕ 15 ਦਿਨ ਤੱਕ ਜੋ ਵੀ ਸੁਝਾਅ ਆਉਣਗੇ ਉਦੋਂ ਬਾਅਦ ਆਪਾਂ ਖੇਤੀ ਨੀਤੀ ਬਣਾ ਦਾਂਗੇ। ਇੱਕ ਪਾਜ਼ਿਟਿਵ ਕੰਮ ਹੋ ਜਾਊਗਾ ਥੋੜਾ ਬਹੁਤ, ਸ਼ਾਇਦ ਮੋਰਚਾ ਵੀ ਅੱਜ ਚਲਾ ਜਾਏ ਤੇ ਅੱਗੇ ਲਈ ਇੱਕ ਰਾਹ ਵੀ ਤੁਰ ਚੁਗਾ ਕਿ ਹਾਂ ਕੋਈ ਖੇਤੀ ਨੀਤੀ ਬਣ ਜੂਗੀ ਕਿਸੇ ਨਾ ਕਿਸੇ ਰੂਪ ਚ, ਨਹੀਂ ਤਾਂ ਫਿਰ ਜੋ ਚੱਲਦਾ ਪਤਾ ਨੀ ਕੀ ਹੋਊਗਾ ਤੇ ਚੱਲੀ ਜਾਊਗਾ। ਸਹਮੀਰ ਸਿੰਘ ਜੀ, ਆਪਾਂ ਜੇ ਥੋੜਾ ਜਿਹਾ ਅੱਗੇ ਜਾਈਏ ਤਾਂ 3 ਵਜੇ ਪਤਾ ਲੱਗ ਜਾਊਗਾ, 3 ਤੋਂ 5 ਤੱਕ ਸ਼ਾਇਦ ਮੀਟਿੰਗ ਹੀ ਹੋ ਜੇ ਸ਼ਾਮ ਨੂੰ, ਕੀ ਵਾਪਰਨਾ ਹੈ? ਵੈਸੇ ਤਾਂ ਮੰਨਿਆ ਜਾਂਦਾ ਹੈ ਕਿ ਮੁੱਖ ਮੰਤਰੀ ਸਾਹਿਬ ਦੇ ਚੰਗੇ ਤਾਲੁਕਾਤ ਹੈਗੇ ਕਿਸਾਨ ਆਗੂਆਂ ਨਾਲ, ਇਹਨਾਂ ਨਾਲ ਤਾਂ ਮੰਨੇ ਹੀ ਜਾਂਦੇ ਆ,
ਪਿੰਡਾਂ ਦੇ ਵਿੱਚ ਇੱਕ ਹੋਰ ਸਮੱਸਿਆ ਬੜੀ ਆ ਗਈ, ਪ੍ਰੀ ਗੈਬਲਿਨ ਨਾਂ ਦਾ ਇੱਕ ਕੈਪਸੂਲ ਬਹੁਤ ਛਾਇਆ ਪਿਆ, ਕਹਿੰਦੇ ਹੁਣ ਚਿੱਟਾ ਸਮੈਕ ਦੂਜਾ ਤੀਜਾ ਉਹ ਤਾਂ ਕਾਫੀ ਔਖੀ ਹੋ ਗਈ ਮਿਲਣੀ, ਪੁਲਿਸ ਦਾ ਡੰਗ ਤੇਜ਼ ਹੁੰਦਾ ਹੈ ਜਾਂ ਉਹ ਮਹਿੰਗੀ ਬਹੁਤ ਹੈ, ਤਾਂ ਨਸ਼ਾ ਜਿਹੜਾ ਨਸ਼ਾ ਤੁਹਾਡਾ ਥੋੜਾ ਜਿਹਾ ਸਿਰ ਹਿਲਾਵੇ ਸਰੂਰ ਦੇਵੇ ਉਹ ਚਾਹੀਦਾ, ਤੇ ਜੇ ਉਹ ਸਸਤਾ ਮਿਲੇ ਤੇ ਬੜਾ ਬਿਹਤਰ ਹੈ। ਵੈਸੇ ਤਾਂ ਜਿਹੜੇ ਨਸ਼ੇ ਛਡਾਉਣ ਵਾਲੇ ਕੇਂਦਰ ਆ ਉਹਨਾਂ ਦੇ ਵਿੱਚੋਂ ਜਿਹੜੀ ਗੋਲੀ ਮਿਲਦੀ ਆ, ਬਹੁਤ ਸਾਰੇ ਲੋਕ ਉੱਥੇ ਵੀ ਲੱਗੇ ਹੋਏ ਆ। ਪਿੰਡਾਂ ਦੇ ਵਿੱਚ ਜਿਹੜੇ ਕੇਂਦਰ ਨੇ ਖਾਸ ਤੌਰ ਤੇ ਓਟ ਸੈਂਟਰ ਨੇ, ਉਹਨਾਂ ਦੇ ਬਾਹਰ ਦੀਆਂ ਭੀੜਾਂ ਦਰਸਾਉਂਦੀਆਂ ਨੇ ਕਿ ਪੰਜਾਬ ਦੀ ਸਥਿਤੀ ਕਿੰਨੀ ਨਾਜ਼ੁਕ ਬਣੀ ਹੋਈ ਹੈ। ਸਾਡੇ ਸਿਹਤ ਮੰਤਰੀ ਦਾਅਵਾ ਕਰਦੇ ਰਹਿੰਦੇ ਨੇ, ਕੰਮ ਵੀ ਕਰਦੇ ਨੇ ਔਰ ਸੰਜੀਦਾ ਬੰਦੇ ਨੇ, ਲੱਗੇ ਰਹਿੰਦੇ ਨੇ, ਪਰ ਫਿਰ ਵੀ ਜਿਹੜੀ ਗਰਾਊਂਡ ਰਿਐਲਿਟੀ ਆ ਉਹ ਸੁਧਰ ਨਹੀਂ ਰਹੀ। ਇਹਦੇ ਵਿੱਚ ਪੂਰਾ ਸਮਾਜ ਜ਼ਿੰਮੇਵਾਰ ਹੈ। ਪਰ ਜਿਹੜਾ ਇਹ ਪ੍ਰੀ ਗੈਬਲਿਨ ਦੇ ਨਾਂ ਤੇ ਇੱਕ ਪਸ਼ੂਆਂ ਨੂੰ ਲਾਇਆ ਜਾਣ ਵਾਲਾ ਟੀਕਾ ਹੈ ਜਾਂ ਇੱਕ ਕੈਪਸੂਲ ਆ ਖਾਸ ਤੌਰ ਦੇ ਉੱਤੇ, ਇਹਦਾ ਬੜਾ ਜ਼ਿਕਰ ਹੋ ਰਿਹਾ। ਪੇਂਡੂ ਖੇਤਰ ਦੇ ਵਿੱਚ ਇਹਨੇ ਬੜੀ ਹੜਕੰਪ ਮਚਾਇਆ ਹੋਇਆ, ਲੋਕ ਬੜੇ ਤਰ੍ਹਾਂ ਤਰ੍ਹਾਂ ਕਰ ਰਹੇ ਤੇ ਨੁਕਸਾਨ ਵੀ ਬੜਿਆ। ਸੋ ਨਸ਼ੇ ਦੇ ਨਵੇਂ ਨਵੇਂ ਰੂਪ ਸਾਹਮਣੇ ਆ ਰਹੇ ਆ, ਸਮਾਜਿਕ ਬੁਰਾਈ ਹੈ, ਇਹਦੇ ਉੱਤੇ ਕੰਮ ਕਿੱਦਾਂ ਹੋ ਸਕਦਾ ਹੈ, ਕਿਵੇਂ ਕੁਝ ਹੋ ਜੇ? ਨਹੀਂ ਉਹ ਕਰਨਗੇ, ਦੇਖੋ ਜਿਹੜਾ ਬੰਦਾ ਨਸ਼ੇ ਤੇ ਲੱਗ ਗਿਆ ਪਹਿਲਾਂ ਤਾਂ ਆਪਦਾ ਜਿੰਨਾ ਕੁ ਵਸੀਲੇ ਹੈਗੇ, ਘਰ ਦੇ ਭਾਂਡੇ ਵੇਚਣ ਤੱਕ, ਮਾਂ ਪਿਓ ਨੂੰ ਕੁੱਟਣ ਤੱਕ ਵੀ, ਜੋ ਉਹਨਾਂ ਦੀ ਛੋਟੀ ਮੋਟੀ ਆਮਦਨ ਹੈ, ਜੇ ਕਿਸੇ ਦਾ ਪਤੀ ਲੱਗ ਗਿਆ ਤੇ ਉਹ ਔਰਤ ਦੇ ਜੇਵਰਾਂ ਤੋਂ ਲੈ ਕੇ ਉਹ ਪਹਿਲਾਂ ਤਾਂ ਉੱਜੜਦਾ, ਪਰਿਵਾਰ ਉੱਜੜਦਾ ਟੋਟਲੀ, ਔਰ ਫਿਰ ਉਹ ਜਦੋਂ ਉਹਨਾਂ ਵੀ ਨਹੀਂ ਹੁੰਦਾ ਤਲਬ ਲੱਗਦੀ ਹੈ, ਫਿਰ ਉਹ ਨਸ਼ੇ ਵਾਲੇ ਉਹਨੂੰ ਛੋਟਾ ਪਾਰਟਨਰ ਬਣਾ ਲੈਂਦੇ ਨੇ ਕਿ ਮੈਂ ਤੈਨੂੰ ਇੰਨਾ ਕੁ ਦਿੰਦਾ ਤੇਰੇ ਜੋਗਾ, ਪਰ ਨਾਲ ਆ ਵੇਚ ਕੇ ਆ ਦੋ ਤਿੰਨ ਨੂੰ, ਉਹ ਉਹਨਾਂ ਦਾ ਕਰਿੰਦਾ ਬਣ ਜਾਂਦਾ ਅੱਗੇ। ਜਦੋਂ ਉਹ ਵੀ ਗੱਲ ਖਤਮ ਹੋ ਜਾਂਦੀ ਹੈ ਤਾਂ ਪੈਸਾ ਨਹੀਂ ਹੁੰਦਾ ਪੇਂਡੂ ਯੂਥ ਕੋਲ, ਫਿਰ ਉਹ ਕਈ ਚੀਜ਼ਾਂ ਲੱਭਦਾ। ਕਦੇ ਲੋਕ ਕਹਿੰਦੇ ਸੀ ਕੋਰੈਕਸ ਦੀ ਸ਼ੀਸ਼ੀਆਂ ਪੀ ਜਾਂਦੇ ਨੇ ਜਿਹੜੀ ਖੰਘ ਵਾਲੀ ਜਾਂਦੇ, ਉਹਦੇ ਚ ਵੀ ਨਸ਼ਾ ਹੁੰਦਾ। ਕਦੇ ਕੋਈ ਪੌਲਸ ਵਾਲੀ ਗੱਲ, ਕਦੇ ਵੱਖ ਵੱਖ ਤਰੀਕੇ ਚੱਲਦੇ ਨੇ, ਚਾਹੇ ਇਹ ਵੀ ਜਿਉਂ ਜਿਉਂ ਜਿਹੜਾ ਸਸਤਾ ਹੁੰਦਾ ਜਾਊਗਾ, ਮੈਡੀਕਲ ਨਸ਼ਾ ਜਿਹੜਾ ਉਹ ਕਹਿੰਦੇ ਨੇ ਦੂਜੇ ਨਾਲੋਂ ਜ਼ਿਆਦਾ ਸਸਤਾ ਹੈ, ਕਦੇ ਗੋਲੀਆਂ ਵੱਖ ਵੱਖ ਦੀ ਗੱਲ ਆਉਂਦੀ ਸੀ, ਹੋਰ ਸਾਰੀਆਂ ਚੀਜ਼ਾਂ ਨੇ, ਉਹ ਉੱਧਰ ਨੂੰ ਨਵਾਂ ਨਵਾਂ ਰਸਤਾ ਕੋਈ ਨਾ ਕੋਈ ਲੱਭੀ ਜਾਂਦਾ। ਤੇ ਜਿਹੜੇ ਬੰਦੇ ਨੇ ਪ੍ਰੋਫਿਟ ਕਮਾਉਣਾ ਹੁੰਦਾ, ਉਹੀ ਚੀਜ਼ 2 ਰੁਪਏ ਵਾਲੀ ਚਾਰ 'ਚ ਦੇ ਕੇ ਉਹ ਕਹਿੰਦਾ ਮੈਂ ਤੈਨੂੰ ਦੇ ਦੇਣਾ, ਇਹਦੇ 'ਚ ਵੀ ਨਸ਼ਾ ਹੈਗਾ। ਔਰ ਉਹ ਇਹ ਮਿਲ ਕੇ ਕਮਰਸ਼ੀਅਲ ਵਪਾਰ ਹੋ ਰਿਹਾ, ਅਸਲ ਦੇ ਵਿੱਚ ਨੌਜਵਾਨੀ ਮਰ ਰਹੀ ਹੈ ਬੁਰੀ ਤਰ੍ਹਾਂ। ਔਰ ਇਹਦੇ ਤਾਂ ਸਭ ਤੋਂ ਬੜੀ ਗੱਲ ਇਹ ਹੈ, ਇੱਕ ਤਾਂ ਹੈਗਾ ਇਹਦਾ ਸਪਲਾਈ ਸਾਈਡ ਹੈ ਕਿ ਤੁਸੀਂ ਉਹ ਨੈਕਸਸ ਤੋੜਨ ਦੀ ਗੱਲ ਹੈ ਜੀ, ਉਹ ਪੁਲਿਸ ਦਾ, ਸਮਗਲਰਾਂ ਦਾ, ਪੋਲੀਟੀਸ਼ੀਅਨ ਦਾ, ਉਹ ਤਾਂ ਟੁੱਟਦਾ ਨਜ਼ਰ ਨਹੀਂ ਆ ਰਿਹਾ। ਉੱਡੀ ਵੱਡੀ ਸੱਟ ਤਾਂ ਕਿਤੇ ਵੱਜੀ ਮੈਂ ਨਹੀਂ ਦੇਖੀ ਇੰਨੇ ਲੰਬੇ ਸਮੇਂ ਤੋਂ, ਭਾਵੇਂ ਕਿਸੇ ਨੇ 4 ਹਫ਼ਤਿਆਂ 'ਚ ਕਿਹਾ ਲੱਕ ਤੋੜਾਂਗੇ, ਕਿਸੇ ਨੇ 4 ਮਹੀਨੇ 'ਚ ਕਿਹਾ, ਕੋਈ ਵੱਡੀ ਮੱਛੀ ਜਿਹੜੀ ਹੈ ਜਾਂ ਮਗਰ ਮਸ ਨਹੀਂ ਦਿਖਾਈ ਦਿੱਤਾ ਜਿਹੜਾ ਬਾਕੀ ਦੇ ਬੰਦਿਆਂ ਨੂੰ ਵੀ ਫੜਾ ਦੇ ਜਾਂ ਦਿਖਾਈ ਦੇਵੇ ਕਿ ਇਹੋ ਜਿਹੀ ਕੋਈ ਗੱਲ ਹੋ ਰਹੀ। ਦੂਜੀ ਗੱਲ ਮਲਟੀ ਡਿਪਾਰਟਮੈਂਟਲ ਮਾਮਲਾ ਹੈ, ਜਿੱਥੇ ਪੁਲਿਸ ਦਾ ਮਾਮਲਾ ਹੈ, ਹੈਲਥ ਡਿਪਾਰਟਮੈਂਟ ਦਾ ਮਾਮਲਾ ਹੈ, ਉੱਥੇ ਮਨੋਵਿਗਿਆਨ ਦਾ ਮਾਮਲਾ ਵੀ ਹੈ, ਰੀਹੈਬਿਲੀਟੇਸ਼ਨ 'ਚ ਉੱਥੇ ਜਿਹੜਾ ਇੰਪਲਾਇਮੈਂਟ ਜਨਰੇਸ਼ਨ ਡਿਪਾਰਟਮੈਂਟ ਦਾ ਵੀ ਮਾਮਲਾ ਹੈ, ਉੱਥੇ ਰੂਰਲ ਡਿਵੈਲਪਮੈਂਟ, ਪੰਚਾਇਤ, ਲੋਕਲ ਬਾਡੀ ਸਾਰਿਆਂ ਦਾ। ਇਹਦੇ 'ਚ ਬਹੁਤ ਸਾਰੀਆਂ ਰਿਕਮੈਂਡੇਸ਼ਨ ਇਹ ਤੋਂ ਪਹਿਲਾਂ ਵੀ ਹੋਈਆਂ ਹੋਈਆਂ, ਸਟਾਰਟਿੰਗ 'ਚ ਇਹਦੀ ਰਿਕਮੈਂਡੇਸ਼ਨ ਸੀ ਕਿ ਚੀਫ ਮਿਨਿਸਟਰ ਦੀ ਅਗਵਾਈ 'ਚ ਇੰਟਰ ਡਿਪਾਰਟਮੈਂਟਲ ਇੱਕ ਕਮੇਟੀ ਬਣੇ ਜਿਹੜੀ ਪ੍ਰਾਇਓਰਟੀਕਲੀ ਵਾਰ ਵਾਰ ਉਹਦਾ ਜਾਇਜ਼ਾ ਲੈਂਦੀ ਰਹੇ, ਚੀਫ ਮਿਨਿਸਟਰ ਦੀ ਤਾਕਤ ਉਹਦੇ ਪਿੱਛੇ ਹੋਵੇ ਤੇ ਜੋ ਵੀ ਚੀਜ਼ਾਂ ਕਰਨੀਆਂ ਨੇ, ਰੀਹੈਬਿਲੀਟੇਸ਼ਨ ਕੇਂਦਰ ਖੋਲ੍ਹਣੇ ਨੇ, ਮੈਡੀਸਨ ਕਿਹੜੀ ਲਿਆਉਣੀ ਹੈ, ਕਿੱਥੇ ਦੇਣੀ ਹੈ, ਕੀ ਤਰੀਕਾ ਅਪਣਾਉਣਾ ਹੈ। ਜੇ ਇਹ ਤਰੀਕੇ ਇਕੱਲੇ ਇਕੱਲੇ ਡਿਪਾਰਟਮੈਂਟਾਂ ਦੇ ਛੱਡ ਤੇ ਪੁਲਿਸ ਆ ਕਰੇ ਆਪਣਾ ਕੰਮ, ਹੈਲਥ ਡਿਪਾਰਟਮੈਂਟ ਆਪਣਾ ਜੋ ਕਰੀ ਜਾਂਦਾ ਕਰੀ ਜਾਵੇ, ਕਿੰਨਾ ਕਰਨਾ ਕਿੰਨਾ ਨਹੀਂ, ਫਿਰ ਬਹੁਤ ਸਾਰੇ ਲੋਕ ਹੱਥ ਰੰਗਣੇ ਸ਼ੁਰੂ ਕਰਤੇ। ਅੱਜ ਕੱਲ੍ਹ ਇਹ ਇੰਡਸਟਰੀ ਬਣ ਗਈ ਇੱਕ ਕਿ ਪ੍ਰਾਈਵੇਟ ਨਸ਼ਾ ਛਡਾਊ ਕੇਂਦਰ ਖੋਲੋ, ਉੱਥੇ ਜੂੜ ਲਾ ਕੇ ਕੁੱਟੀ ਵੀ ਜਾਂਦੇ ਨੇ, ਬਹੁਤ ਮਾੜੀ ਰੋਟੀ ਦਿੰਦੇ ਨੇ, 50,000-50,000 ਰੁਪਇਆ ਮਹੀਨਾ ਲੋਕਾਂ ਤੋਂ 2-3 ਮਹੀਨਿਆਂ ਦਾ ਲੈ ਲੈਂਦੇ ਨੇ, ਪੈਸੇ ਵੀ ਕਮਾਉਂਦੇ ਨੇ, ਫਿਰ ਕਹਿੰਦੇ ਨੇ ਚਲੋ ਜੀ ਛੱਡਤਾ ਸ਼ਾਇਦ 6 ਮਹੀਨੇ।
ਮੁੜ ਕੇ ਫਿਰ ਉਹ ਉੱਥੇ ਚਲੋ ਛੱਡਦਾ ਤਾਂ ਹੈ ਨਹੀਂ, ਉਹਨਾਂ ਕੋਲ ਕਿਸੇ ਕੋਲ ਸਾਈਕੈਟ੍ਰਿਸਟ ਨਹੀਂ ਹੈ, ਕਿਸੇ ਕੋਲ ਮਨੋਵਿਗਿਆਨੀ ਬਾਕੀ ਸਾਈਕਾਲੋਜਿਸਟ ਨਹੀਂ ਹੈ, ਤੇ ਇਹ ਚੀਜ਼ਾਂ ਮਿਲੀਆਂ ਹੋਈਆਂ ਚੀਜ਼ਾਂ ਨੇ। ਫਿਰ ਸਮਾਜ ਦੇ ਵਿੱਚ ਇੱਕ ਮੁਹਿੰਮ ਤੋਰਨੀ ਹੁੰਦੀ ਹੈ ਕਿ ਨਸ਼ੇੜੀ ਬੰਦਾ ਜਿਹਦਾ ਜਿਹਨੂੰ ਸਮਾਜ ਉਹਦੇ ਪ੍ਰਤੀ ਨੈਗੇਟਿਵ ਸੋਚਣ ਲੱਗ ਗਿਆ, ਕੋਈ ਭਰੋਸਾ ਨਹੀਂ ਕਰਦਾ, ਉਹਦੀ ਭਰੋਸਾ ਯੋਗਤਾ ਬਹਾਲ ਕਿਵੇਂ ਹੋਵੇ ਤਾਂ ਸਮਾਜ 'ਚ ਰਲ ਸਕੇ ਵਿੱਚ। ਕਿੰਨੇ ਪੱਖ ਨੇ ਉਹਦੇ ਓਵਰਆਲ ਜੇ ਪਰਸਪੈਕਟਿਵ ਤੋਂ ਤਾਂ ਅਜੇ ਇੱਥੇ ਸੋਚਿਆ ਹੀ ਨਹੀਂ ਜਾ ਰਿਹਾ ਮੇਰਾ ਕਹਿਣਾ, ਹਜੇ ਅਸੀਂ ਉਹਦੀ ਕੋਈ ਵਿਧੀ ਵਿਧਾਨ ਬਣਾ ਨਹੀਂ ਰਹੇ, ਕੋਈ ਨੋਰਮਜ ਨਹੀਂ ਬਣਾ ਰਹੇ ਤਾਂ ਕਿ ਚੈੱਕ ਐਂਡ ਬੈਲੈਂਸ ਉੱਤੇ ਲਗਾਤਾਰ ਬਣੇ ਰਹਿਣ, ਇੰਟਰਡਿਪਾਰਟਮੈਂਟਲ ਵੀ ਬਣੇ ਰਹਿਣ ਔਰ ਓਵਰਆਲ ਸਰਕਾਰ ਦੀ ਸੁਪਰਵਿਜ਼ਨ ਹੋਵੇ। ਨਹੀਂ ਤਾਂ ਠੀਕ ਹੈ ਫਿਰ ਉਹ ਕੁਛ ਨਾ ਕੁਛ ਤਾਂ ਲੱਭਣਗੇ, ਇਹਨੂੰ ਬੰਦ ਨਹੀਂ ਕੀਤਾ ਜਾ ਸਕਦਾ, ਉਸੇ ਰਸਤੇ ਯੂਥ ਬਰਬਾਦ ਹੋ ਰਿਹਾ ਤੇ ਉਹ ਹੁੰਦਾ ਰਹੂਗਾ। ਜਿੱਥੋਂ ਸਸਤਾ ਮਿਲੂਗਾ ਸਸਤੇ ਵੱਲ ਲੋਕ ਜਾਣਗੇ, ਜਦੋਂ ਪੈਸੇ ਮੁੱਕਦੇ ਨੇ ਤਾਂ ਸਸਤੇ ਵੱਲ ਜਾਣਗੇ, ਉਹ ਵੀ ਨਹੀਂ ਹੋਏਗਾ ਤਾਂ ਫਿਰ ਚੋਰੀ ਕਰਨਗੇ, ਉਹ ਵੀ ਨਹੀਂ ਹੋਏਗਾ ਤਾਂ ਡਾਕਾ ਮਾਰਨਾ ਸ਼ੁਰੂ ਕਰਨਗੇ, ਕੁਝ ਤਾਂ ਕਰਨਗੇ ਨਾ। ਜਦੋਂ ਬੰਦੇ ਦਾ ਸਰੀਰ ਤੜਫ ਰਿਹਾ ਹੁੰਦਾ ਉਹਨੂੰ ਵਿਕਟਮ ਦੀ ਤਰ੍ਹਾਂ ਟ੍ਰੀਟ ਕਰਕੇ ਤੇ ਉਸ ਤਰੀਕੇ ਦੇ ਨਾਲ ਉਹਦਾ ਟ੍ਰੀਟਮੈਂਟ ਕਿਵੇਂ ਹੋਵੇ, ਇਲਾਜ ਕਿਹੜੀਆਂ ਜਗ੍ਹਾ ਤੇ ਹੋਣਾ ਚਾਹੀਦਾ, ਉਦੋਂ ਬਾਅਦ ਉਹਦੀ ਰੀਹੈਬਿਲੀਟੇਸ਼ਨ ਕਿਵੇਂ ਹੋਣੀ ਚਾਹੀਦੀ ਹੈ, ਸਾਰੀਆਂ ਚੀਜ਼ਾਂ ਇੱਕਜੁੱਟ ਐਫਰਟ ਦਾ ਕੁਐਸਚਨ ਹੈ। ਔਰ ਉਹਦੇ ਲਈ ਬਜਟ ਕਿੰਨਾ ਰੱਖ ਰਹੇ ਹੋ ਤੁਸੀਂ ਰੀਹੈਬਿਲੀਟੇਸ਼ਨ ਲਈ, ਬਜਟ ਉਹਦੇ ਲਈ ਕੋਈ ਸੈਪਰੇਟ ਹੈ ਵੀ ਹੈ ਜਾਂ ਨਹੀਂ ਹੈ, ਕਿਸ ਲੈਵਲ ਦਾ, ਇਹ ਸਾਰੀਆਂ ਚੀਜ਼ਾਂ ਦੇਖਣ ਦਾ ਸਵਾਲ ਹੈ। ਮੇਰੇ ਖਿਆਲ ਕੋਈ ਇੱਕ ਗੱਲ ਨਾਲ ਨਹੀਂ ਕੰਮ ਚੱਲ, ਇਹਦੇ 'ਚ ਕੋਈ ਦੋ ਰਾਵਾਂ ਨਹੀਂ, ਇਹ ਬਿਲਕੁਲ ਬੜਾ ਵੱਡਾ ਮਾਮਲਾ। ਮੈਂ ਨਾਲ ਦੀ ਨਾਲ ਇੱਕ ਖਬਰ ਦੇਖਣ ਦਾ ਯਤਨ ਕਰ ਰਿਹਾ, ਇਹ 2 ਦਿਨ ਪਹਿਲਾਂ ਦੀ ਖਬਰ ਹੈ ਕਿ ਜਿਹੜੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਕਾਪਸ ਨੇ, ਮੁਲਾਜ਼ਮ ਨੇ, ਉਹ ਵੀ ਬੜੇ ਤਣਾਅ ਥੱਲੇ ਵਿਚਰ ਰਹੇ ਆ। ਬਹੁਤ ਸਾਰੇ ਲੋਕ ਪ੍ਰੀ ਮਚਿਓਰ ਰਿਟਾਇਰਮੈਂਟ ਲਈ ਅੱਗੇ ਵੱਧ ਰਹੇ, ਔਰ ਜੇ ਅਸੀਂ, ਕਿਉਂਕਿ ਉਹ ਵੀ ਸੁਸਾਇਟੀ ਤੋਂ ਬਾਹਰ ਤਾਂ ਹੈ ਨਹੀਂ, ਤੁਸੀਂ ਜਦੋਂ ਇੱਕ ਨਸ਼ੇੜੀ ਨੂੰ ਥਾਣੇ ਲਿਆਉਂਦੇ ਹੋ ਉਹਦੀ ਦੇਖਭਾਲ ਕਰਨੀ ਵੀ ਬੜੀ ਜ਼ਰੂਰੀ ਹੈ, ਉਸ ਤੋਂ ਬਾਅਦ ਜੇ ਉਹ ਜੇਲ੍ਹ ਚਲੇ ਜਾਂਦਾ, ਜੇਲ੍ਹਾਂ ਦੇ ਵਿੱਚ ਹਾਲ ਬੜੇ ਮਾੜੇ ਆ, ਜੇਲ੍ਹ ਦੇ ਵਿੱਚ ਨਸ਼ਾ ਕਿੱਥੋਂ ਆ ਰਿਹਾ, ਕਿਉਂ ਆ ਰਿਹਾ, ਜਿਸ ਤਰੀਕੇ ਨਾਲ ਹਾਈਕੋਰਟ ਸਖ਼ਤ ਹੈ, ਔਰ ਸਮਝ ਨਹੀਂ ਆ ਰਹੀ ਕਿ ਇਹਨੂੰ ਨੱਥ ਕਿਵੇਂ ਪਾਊਗੀ। ਇਹਦੇ ਲਈ ਬਕਾਇਦਾ ਇੱਕ ਪੂਰਾ ਮਿਨਿਸਟਰ ਚਾਹੀਦਾ ਜਿਹੜਾ ਬੜਾ ਸਖ਼ਤ ਹੋਵੇ। ਮੁੱਖ ਮੰਤਰੀ ਸਾਹਿਬ ਕੋਲ ਇੰਨੀ ਫੁਰਸਤ ਹੈ ਨਹੀਂ, ਪਰ ਉਹਨਾਂ ਨੇ ਮਹਿਕਮਾ ਆਪਣੇ ਕੋਲ ਰੱਖਿਆ ਹੋਇਆ। ਮੈਂ ਜਦੋਂ ਇਹਦੇ ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀਆਂ ਜਾਂ ਮੁਲਾਜ਼ਮਾਂ, ਛੋਟੇ ਮੁਲਾਜ਼ਮਾਂ ਦੀ ਮਾਨਸਿਕਤਾ ਨੂੰ ਦੇਖ ਰਿਹਾ ਤਾਂ ਪ੍ਰੈਸ਼ਰ, ਇਹ ਜਿਹੜਾ ਸਟ੍ਰੈਸ ਹੈਗਾ, ਇਹਨੂੰ ਸਹਿਣਾ ਔਖਾ ਵੀ ਬਹੁਤ ਆ। ਹੁਣ ਮਾਂ ਪਿਓ ਜਿੱਥੇ ਹੈਂਡਲ ਨਹੀਂ ਕਰ ਪਾ ਰਹੇ ਚੀਜ਼ਾਂ, ਪੁਲਿਸ ਨੂੰ ਵੀ ਕਰਨਾ ਬਹੁਤ ਟਫ ਆ। ਹਾਲਾਂਕਿ ਸਪਲਾਈ ਚੇਨ ਤੋੜਨਾ ਬੜਾ ਜ਼ਰੂਰੀ ਆ, ਪੁਲਿਸ ਦੀ ਉਹ ਡਿਊਟੀ ਉਹਨਾਂ ਨੂੰ ਕਰਨਾ ਚਾਹੀਦਾ, ਪਰ ਇਸ ਸਟ੍ਰੈਸ ਨੂੰ ਉਹ ਵੀ ਫੀਲ ਕਰ ਰਹੇ, ਕੀ ਕਹਿੰਦੇ ਹੋ? ਬਿਲਕੁਲ ਕਰ ਰਹੇ ਨੇ ਬਹੁਤ ਸਾਰੇ, ਪੁਲਿਸ ਦਾ ਤਾਂ ਵੈਸੇ ਹੀ ਆ, ਦੇਖੋ ਕੋਈ ਵੀਕਲੀ ਆਫ ਨਹੀਂ ਹੈ ਕਿਤੇ, ਉਹਦੇ ਤਾਂ 18-18 ਘੰਟੇ ਡਿਊਟੀ ਹੈ, ਉਹ ਬੰਦੇ ਅੱਧੀ ਪੁਲਿਸ ਨਸ਼ੇੜੀ ਬਣ ਜਾਂਦੀ ਹੈ, ਉਹਦਾ ਹਿੱਸਾ ਬਣਦਾ, ਕਿਉਂਕਿ ਇੱਕ ਤਾਂ ਪ੍ਰੈਸ਼ਰ ਬਹੁਤ ਹੈ ਉਹਨਾਂ ਤੇ, 18-18 ਘੰਟੇ ਡਿਊਟੀ ਹੈ, ਕੋਈ ਵੀਕਲੀ ਆਫ ਨਹੀਂ ਹੈ, ਕੋਈ ਰਿਲੈਕਸੇਸ਼ਨ ਨਹੀਂ ਹੈ, ਬੰਦੇ ਹਰ ਬੰਦਾ, ਉਹ ਵੀ ਹੱਡ ਮਾਸ ਦਾ ਹੀ ਬੰਦਾ, ਤੇ ਉਹ ਵੀ ਤਾਂ ਫਿਰ ਉਧਰ ਨਾਲ ਲੱਗਦਾ, ਫਿਰ ਸਦਾ ਅਪਰਾਧੀਆਂ ਨਾਲ ਰਹਿਣਾ, ਜਿਹੜੇ ਨਾਲ ਜਾ ਕੇ ਕਦੇ ਜੇਲ੍ਹ 'ਚ ਲੈ ਕੇ ਜਾਣਾ, ਕਦੇ ਆਉਣਾ, ਉਹ ਦੋਸਤੀਆਂ ਵੀ ਪੈਂਦੀਆਂ ਨੇ ਤੇ ਉਹਦੇ 'ਚ ਬਾਕੀ ਦੀਆਂ ਚੀਜ਼ਾਂ ਵੀ ਨੇ। ਇਹ ਸਾਰੀਆਂ ਚੀਜ਼ਾਂ ਨੇ ਮੇਰੇ ਖਿਆਲ ਜਿਹੜੀਆਂ ਉਸ ਲੈਵਲ ਦੇ ਉੱਤੇ ਵਾਪਰਦੀਆਂ ਨੇ। ਹੇਠਲੇ ਮੁਲਾਜ਼ਮ ਤਾਂ ਉਹਨਾਂ ਨਾਲ ਦੋਸਤੀ ਦੋਸਤੀ ਕਰਕੇ ਚਲਾਉਂਦੇ ਨੇ, ਉੱਪਰਲਿਆਂ ਨੇ ਕਮਰਸ ਬਣਾ ਲਈ ਜਿਹੜੇ ਵਿੱਚ ਫਸਦੇ ਨੇ। ਤੁਸੀਂ ਦੇਖੋ ਰਾਜੀਤ ਅੱਜ ਤੱਕ ਨਹੀਂ ਪਤਾ ਲੱਗ ਰਿਹਾ ਕਿ ਕਿੱਥੇ ਹੈ ਜੀ, ਹਾਲਾਂਕਿ ਮਿਡਲ ਰੰਗ ਦਾ ਅਫਸਰ ਹੈ, ਉਹ ਕੋਈ ਬਹੁਤ ਬੜਾ ਨਹੀਂ ਹੈ। ਔਰ ਉਸੇ ਰਿਪੋਰਟ 'ਚ ਇਹ ਕਿਹਾ ਗਿਆ ਕਿ ਦੁਬਾਰਾ ਇਨਕੁਆਇਰੀ ਕਰਾਈ ਜਾਣੀ ਚਾਹੀਦੀ ਕਿ ਰਾਜੀਤ ਤੇ ਕਿਹਦੀ ਸਰਪ੍ਰਸਤੀ 'ਚ ਕਰਦਾ ਸੀਗਾ, ਉਹ ਠੱਪ ਹੈ ਟੋਟਲ ਜਾਂਚ ਉਹ ਤੋਂ ਬਾਅਦ, ਕਿਉਂਕਿ ਬਹੁਤ ਵੱਡੇ ਬੰਦੇ ਉਹਦੇ 'ਚ ਫਿਰ ਇਨਵੋਲਵ ਹੋਣਗੇ ਜਿਹਨੂੰ ਰਾਜੀਤ ਨੂੰ ਬਚਾ ਰਹੇ ਸੀ ਜਿਹੜੇ। ਇਸ ਲਈ ਬਹੁਤ ਕੁਛ ਹੈ ਪੁਲਿਸ ਦੇ ਮਾਮਲੇ ਦੇ ਵਿੱਚ ਵੀ ਜਿਹੜੀਆਂ ਗੱਲਾਂ ਕਰਨ, ਔਰ ਛੋਟੇ ਜਿਹੜੇ ਸਧਾਰਨ ਮੁਲਾਜ਼ਮ ਨੇ, ਥਾਣੇ ਤੱਕ ਦੇ ਬੰਦੇ ਨੇ ਜਿਹੜੇ, ਉਹਨਾਂ ਨੂੰ ਵੀ ਇਨਸਾਨੀ ਹੱਕ ਮੰਨਣ ਦਾ ਰਾਈਟ ਹੈ, ਉਧਰ ਵੀ ਸੋਚਣਾ ਪਊਗਾ ਨਾਲ, ਤੇ ਨਾਲ ਦੀ ਨਾਲ ਇਹ ਹੈ ਕਿ ਉਹਨਾਂ ਦੀ ਜਵਾਬਦੇਹੀ ਵੀ ਤੈਅ ਕਰਨੀ ਪਏਗੀ, ਦੋਨੋਂ ਚੀਜ਼ਾਂ ਦੀ ਲੋੜ। ਮੈਂ ਅੱਗੇ ਆਊਂਗਾ ਲਾਸਟ ਵਿੱਚ, ਹਰਿਆਣੇ ਸਾਡੇ ਗਵਾਂਢੀ ਸੂਬੇ ਦੇ ਵਿੱਚ ਇਲੈਕਸ਼ਨ ਦਾ ਪੂਰਾ ਜ਼ੋਰ ਆ, ਭੱਖ ਗਿਆ ਮੇਲਾ,
ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਫਸਿਆ ਹੋਇਆ, ਕੱਲ ਲੰਬੀ ਮੀਟਿੰਗ ਹੋਈ ਇਹਨਾਂ ਦੀ ਔਰ ਅੱਜ ਫਿਰ ਹੋਊਗੀ। ਜਿਹੜੇ ਉੱਥੋਂ ਦੇ ਸਥਾਨਕ ਕਾਂਗਰਸੀ ਆ, ਜਿਵੇਂ ਪੰਜਾਬ ਵਾਲੇ ਬਾਜਵੇ ਹੁਣੀ ਕਹਿੰਦੇ ਸੀ ਅਸੀਂ ਬਿਲਕੁਲ ਸਮਝੌਤਾ ਨਹੀਂ ਕਰਨਾ, ਉਦੋਂ ਦਿੱਲੀ 'ਚ ਹੋ ਗਿਆ, ਗੋਆ 'ਚ ਹੋ ਗਿਆ, ਗੁਜਰਾਤ 'ਚ ਹੋ ਗਿਆ, ਪਰ ਪੰਜਾਬ ਦੇ ਵਿੱਚ ਨਹੀਂ ਸੀ ਹੋਇਆ। ਲੇਕਿਨ ਹੁਣ ਹਰਿਆਣੇ ਵਾਲੇ ਕਹਿੰਦੇ ਆ ਸਾਨੂੰ ਇਹਨਾਂ ਦੀ ਲੋੜ ਨਹੀਂ, ਇਹਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੀਟਾਂ ਤੇ ਜਿਹੜੀਆਂ ਬੀਜੇਪੀ ਨੂੰ ਜਾਣੀਆਂ ਨੇ ਇਹਦਾ ਫਾਇਦਾ ਕੋਈ ਨਹੀਂ। ਪਰ ਫਿਰ ਵੀ ਰਾਹੁਲ ਗਾਂਧੀ ਔਰ ਆਮ ਆਦਮੀ ਪਾਰਟੀ ਦੇ ਉੱਪਰਲੇ ਲੀਡਰ ਜਿਨ੍ਹਾਂ 'ਚੋਂ ਸੰਜੇ ਸਿੰਘ ਹੈ, ਰਾਘਵ ਚੱਡਾ, ਰਾਘਵ ਚੱਡਾ ਅੱਜ ਕੱਲ੍ਹ ਬੜੇ ਸਰਗਰਮ ਹੋਏ ਨੇ, ਉਹ ਬਕਾਇਦਾ ਮੀਟਿੰਗਾਂ 'ਚ ਹੈਗੇ ਨੇ, ਸੋ ਉਹ ਵੀ ਉੱਥੇ ਗੱਲਬਾਤ ਚੱਲ ਰਹੀ ਹੈ। ਤੇ ਉੱਧਰਲੇ ਬੰਨੇ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਆਪਣੇ ਬਹੁਤ ਸਾਰੇ ਲੋਕਾਂ ਦੀਆਂ ਟਿਕਟਾਂ ਕੱਟਤੀਆਂ, ਮੈਨੂੰ ਲੱਗਦਾ ਉਹ ਸੱਤਾ ਵਿਰੋਧੀ ਹਵਾ ਨੂੰ ਠੱਲਣ ਦਾ ਯਤਨ ਕਰ ਰਿਹਾ, ਕੀ ਕਹਿੰਦੇ? ਬਿਲਕੁਲ, ਬੀਜੇਪੀ ਨੇ ਪਹਿਲਾਂ ਤਾਂ ਆਪਦਾ ਚੀਫ ਮਿਨਿਸਟਰ ਬਦਲਿਆ, ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਤਾ, ਤੇ ਸ਼ਾਇਦ ਇਹਦੇ ਕਰਕੇ ਵੀ ਫਰਕ ਪਏਗਾ, ਸੈਣੀ ਸਾਹਿਬ ਨੂੰ ਲਿਆਂਦਾ ਸੀਗਾ। ਤੇ ਉਦੋਂ ਬਾਅਦ ਇਹ ਵੀ ਲੱਗਦਾ ਵੀ ਜਿਹੜੇ ਲੋਕਲ MLA ਜਿੱਦਾਂ ਐਂਟੀ ਕੰਬੈਂਸੀ ਹੁੰਦੀ ਹੈ ਤੇ ਜਾਂ ਲੋਕਲ ਲੀਡਰਾਂ ਦੀ, ਸ਼ਾਇਦ ਇਹਦੇ ਨਾਲ ਕੋਈ ਫਰਕ ਪਵੇ। ਕੁਛ ਲੋਕ ਕਹਿੰਦੇ ਵੀ ਨੇ ਕੋਈ ਫਰਕ ਪੈਂਦਾ, ਪਰ ਕਈ ਐਂਟੀ ਕੰਬੈਂਸੀਆਂ ਪਾਰਟੀ ਖਿਲਾਫ਼ ਹੁੰਦੀਆਂ ਨੇ, ਕਈ ਇੰਡੀਵਿਜੁਅਲ ਖਿਲਾਫ਼ ਹੁੰਦੀਆਂ ਨੇ। ਹੁਣ ਇਹ 40 ਦੇ 40 ਇੰਡੀਵਿਜੁਅਲ ਖਿਲਾਫ਼ ਸੀ, ਪਾਰਟੀ ਖਿਲਾਫ਼ ਨਹੀਂ ਸੀ, ਇਹਦਾ ਤਾਂ ਅੰਦਾਜ਼ਾ ਲੋਕਲ ਗਰਾਊਂਡ ਤੇ ਵਿਚਰਨ ਵਾਲਿਆਂ ਨੂੰ ਹੋਊਗਾ ਤੇ ਕਿੰਨਾ ਕੁ ਫਰਕ ਪਊਗਾ ਤੇ ਕਿੰਨਾ ਕੁ ਨਹੀਂ, ਇਹ ਦੇਖਣਾ ਹੋਏਗਾ। ਦੂਸਰੀ ਗੱਲ ਇਹ ਹੈ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਚੋਂ ਕਈ, ਅੱਜ ਕਿਸਾਨ ਵਿੰਗ ਦੇ ਇੱਕ ਵੱਡੇ ਲੀਡਰ ਨੇ ਰਿਜਾਇਨ ਵੀ ਕੀਤਾ, ਉਹ ਕਹਿੰਦਾ ਮੈਂ ਸਾਰੇ ਅਹੁਦਿਆਂ ਤੋਂ ਦੇ ਰਿਹਾ ਕਿਉਂਕਿ ਟਿਕਟ ਮੰਗ ਰਹੇ ਹੋਣਗੇ ਵੀ ਤੇ ਤੁਸੀਂ ਨਹੀਂ ਮੈਨੂੰ ਦਿੱਤਾ। ਉੱਧਰ ਅੰਦਰ ਖਾਤੇ ਅਨਰੈਸਟ ਵੀ ਹੋਏਗੀ ਉਹਦੇ ਵਿੱਚ ਵੀ। ਦੂਜਾ ਜਿਹੜਾ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਮਾਮਲਾ, ਇਹ ਬਿਲਕੁਲ ਲੋਕਲ, ਜਿਵੇਂ ਪੰਜਾਬ ਵਾਲਿਆਂ ਨੇ ਬਹੁਤ ਜ਼ਿਆਦਾ ਸਖ਼ਤ ਸਟੈਂਡ ਲਿਆ ਸੀਗਾ ਤੇ ਉੱਧਰੋਂ ਪੰਜਾਬ ਦੀ ਤਾਂ ਆਪ ਨੇ ਵੀ ਉਦੋਂ ਲੈ ਲਿਆ ਸੀ ਕਿ ਅਸੀਂ ਨਹੀਂ ਕਰਨਾ, ਪਹਿਲਾਂ ਲੱਗਦਾ ਸੀ ਪੰਜਾਬ 'ਚ ਵੀ ਕਰਨਗੇ, ਉਵੇਂ ਹਰਿਆਣੇ ਦੀ ਪਾਰਟੀ ਦੇ ਵਿੱਚ ਵੀ ਲੀਡਰਸ਼ਿਪ ਇਹੋ ਜਿਹੀ ਹੈ, ਸ਼ਾਇਦ ਜੇ ਜ਼ਿਆਦਾ ਸਖ਼ਤ ਸਟੈਂਡ ਲੈ ਦਈਏ ਤਾਂ ਰਾਹੁਲ ਗਾਂਧੀ ਨੂੰ ਵੀ ਮੁਸ਼ਕਲ ਹੋ ਜਾਏਗਾ ਉਹਨਾਂ ਨੂੰ ਮਨਾਉਣਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਹਾਂ, ਜੇ ਉਹ ਟੈਕਲ ਕਰਕੇ ਜੇ ਉਹਨਾਂ ਦਾ ਅੰਦਾਜ਼ਾ ਸਭ ਦਾ ਮਿਲ ਕੇ ਬਣਿਆ ਕਿ ਸਰਕਾਰ ਮਿਲ ਕੇ ਹੀ ਬਣ ਸਕਦੀ ਹੈ, ਇਦੋਂ ਬਿਨਾਂ ਨਹੀਂ ਬਣਨੀ, ਤਾਂ ਸ਼ਾਇਦ ਮੰਨ ਜਾਣ। ਭੁਪਿੰਦਰ ਹੁੱਡਾ ਆਉਣੀ, ਜਿਹੜੇ ਮੇਨ ਲੀਡਰ ਨੇ, ਜਿਹੜੇ ਸਾਰੇ ਮੇਨ ਉੱਥੇ ਟੈਕਲ ਕਰਦੇ ਨੇ ਸਾਰੇ ਮਾਮਲੇ ਨੂੰ। ਪਰ ਮੈਨੂੰ ਲੱਗਦਾ ਕਿ ਇੱਕ ਰਣਨੀਤੀ ਦਾ ਹਿੱਸਾ ਵੀ ਹੋ ਸਕਦਾ ਕਿ ਹਜੇ ਦੋਨੇ ਨਾ ਮੰਨੋ, ਦੇਖ ਲਓ ਜੋ ਵੀ ਬਣਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਉੱਥੇ ਰਾਹੁਲ ਗਾਂਧੀ ਤੋਂ ਵੀ ਜ਼ਿਆਦਾ ਆਮ ਆਦਮੀ ਪਾਰਟੀ ਜ਼ਿਆਦਾ ਛੱਡਣ ਲਈ ਤਿਆਰ ਹੈ, ਜੇ ਕਿਤੇ ਖਬਰ 'ਚ ਸੱਚਾਈ ਹੈ ਜਿਹੜੀ ਲੱਗ ਰਹੀ ਹੈ। ਕਹਿੰਦੇ 9 ਤੋਂ 11 ਹੀ ਮੰਗ ਰਹੇ ਨੇ ਸੀਟਾਂ, ਤੇ ਇਹਦੂ ਜ਼ਿਆਦਾ ਨਹੀਂ ਮੰਗ ਰਹੇ, ਬਹੁਤ ਜ਼ਿਆਦਾ ਹੈ ਨਹੀਂ ਵੀ ਅੱਧੀਆਂ ਦੇ ਦਿਓ, 25 ਦੇ ਦਿਓ, 30 ਦੇ ਦਿਓ। ਤਾਂ ਇਸ ਭਾਸ਼ਾ ਕਾਂਗਰਸ ਨੂੰ ਮਾੜਾ ਵੀ ਨਹੀਂ ਹੈ ਕੋਈ, ਜੇ ਥੋੜੀਆਂ ਬਹੁਤ ਦੇ ਕੇ ਜੇ ਚੱਲਦਾ ਹੋਵੇ ਕੰਮ ਜਿੱਥੇ ਕਿਤੇ ਉਹਨਾਂ ਦਾ ਮਾਮਲਾ ਹੋਵੇ। ਪਰ ਕਾਂਗਰਸ ਦੇ ਲੋਕਲ ਲੀਡਰ ਇਹ ਵੀ ਸੋਚ ਰਹੇ ਨੇ ਜੇ ਆਮ ਆਦਮੀ ਪਾਰਟੀ ਖੜਦੀ ਹੈ ਇਕੱਲਾ ਸਾਨੂੰ ਨੁਕਸਾਨ ਨਹੀਂ ਹੁੰਦਾ, ਇਹ ਵੋਟ ਸਗੋਂ ਕਿਧਰੇ ਨਾ ਕਿਧਰੇ ਵੱਡੀ, ਜੋ ਕੋਈ ਫਰਕ ਨਹੀਂ ਪੈਂਦਾ ਸਾਨੂੰ ਉਹਦਾ ਫਾਇਦਾ ਹੋ ਸਕਦਾ। ਦੋਨਾਂ ਦੇ ਆਪੋ ਆਪਣੇ ਅੰਦਾਜ਼ੇ ਨੇ, ਹੁਣ ਹਾਈਕਮਾਂਡ ਦੀ ਚੱਲੂਗੀ ਜਾਂ ਲੋਕਲ ਦੀ ਵੀ ਮੰਨੀ ਜਾਊਗੀ, ਔਰ ਲੋਕਲ ਦੀ ਨੋਰਮਲੀ ਅੱਜ ਕੱਲ੍ਹ ਰਾਹੁਲ ਗਾਂਧੀ ਦੀ ਮੌਜੂਦਗੀ 'ਚ ਇੱਕ ਹੱਦ ਤੱਕ ਮੰਨੀ ਜਾਣ ਲੱਗੀ ਹੈ ਪਹਿਲਾਂ ਦੇ ਮੁਕਾਬਲੇ, ਬਾਕੀ ਫੈਸਲਾ ਕੀ ਹੁੰਦਾ ਉਹ ਤਾਂ ਫਿਰ ਉਦੋਂ ਬਾਅਦ ਪਤਾ ਲੱਗੇ। ਇੱਕ ਖਬਰ, ਜਿਹੜੀ ਖਬਰ ਤਾਂ ਨਹੀਂ, ਮੈਂ ਸਿਰਫ ਇਨਫੋਰਮੇਸ਼ਨ ਹੀ ਸਾਂਝੀ ਕਰੂੰਗਾ ਵੀ ਕੰਗਣਾ ਰਣੌਤ ਦੀ ਜਿਹੜੀ ਐਮਰਜੈਂਸੀ ਫਿਲਮ ਸੀ, ਉਹਨੇ ਬੰਬੇ ਹਾਈਕੋਰਟ ਦੇ ਵਿੱਚ ਸਰਟੀਫਿਕੇਟ ਜਾਰੀ ਕਰਵਾਉਣ ਲਈ ਸੈਂਸਰ ਬੋਰਡ ਤੋਂ ਚਾਰਾਜੋਈ ਕੀਤੀ ਸੀ ਤੇ ਬੰਬੇ ਹਾਈਕੋਰਟ ਨੇ ਤੁਰੰਤ ਪ੍ਰਭਾਵ ਨਾਲ ਸਰਟੀਫਿਕੇਟ ਜਾਰੀ ਕਰਨ ਦੀ ਹੁਕਮ ਦੇਣ ਤੋਂ ਇਨਕਾਰ ਕਰਤਾ, ਮਤਲਬ ਉਹਨੂੰ ਅਜੇ ਖਾਸ ਰਾਹਤ ਕੋਈ ਨਹੀਂ ਮਿਲੀ। ਸੋ ਮੈਨੂੰ ਲੱਗਦਾ ਵੀ ਆਪਾਂ, ਕਿਉਂਕਿ ਤੁਸੀਂ ਟੈਕਨੀਕਲੀ ਅੱਜ ਥੋੜਾ ਜਿਹਾ ਫਸੇ ਹੋਏ ਹੋ, ਸੋ ਮੈਨੂੰ ਲੱਗਦਾ ਇੱਥੇ ਹੀ ਖਤਮ ਕਰਦੇ ਹਾਂ। ਇੱਕ ਦੋ ਖਬਰਾਂ ਹੋਰ ਸੀ, ਬਹੁਤ ਮਿਹਰਬਾਨੀ, ਬਹੁਤ ਧੰਨਵਾਦ।